ਦੀ ਮਾਫੀ ਮੰਗਣਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਦਾਣਾ ਮੰਡੀ 'ਚ ਇਕੱਠੇ ਹੋਏ ਸੀ ਕੋਵਿਡ ਕਰਕੇ ਇਲੈਕਸ਼ਨ ਕਮਿਸ਼ਨ ਦੀਆਂ ਰਿਸਟ੍ਰਿਕਸ਼ਨਾਂ ਕਰਕੇ ਮੈਂ ਉੱਥੇ ਉਹਨਾਂ ਨੂੰ ਐਡਰੈਸ ਨਹੀਂ ਕਰ ਸਕਿਆ, ਉਹਨਾਂ ਵਿੱਚ ਜਾ ਨਹੀਂ ਸਕਿਆ, ਉਹਦੇ ਲਈ ਮਾਫੀ ਚਾਹੁੰਦਾ। ਇਹ ਮਿਲਣੀ ਇੱਕ ਰੈਲੀ ਦਾ ਬਹੁਤ ਵੱਡਾ ਰੂਪ ਧਾਰਨ ਕਰ ਗਈ। ਲੋਕ ਸਵੇਰ ਦੇ ਮੀਂਹ ਪੈਂਦੇ ਹੋਏ ਵੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਤੇ ਮੁੱਖ ਮੰਤਰੀ ਸਾਹਿਬ ਦਾ। ਮੈਂ ਦੁਬਾਰਾ ਫਿਰ ਬੇਨਤੀ ਕਰਦਾ ਆਪਣੇ ਸਾਥੀਆਂ ਨੂੰ ਜਿਹੜੇ ਕੁਰਸੀਆਂ ਦੇ ਉੱਤੇ ਬੈਠੇ ਆ ਮੇਰੇ ਵੀਰ, ਉਹ ਆਪਣੀਆਂ ਆਪਣੀਆਂ ਕੁਰਸੀਆਂ ਦੇ ਉੱਤੇ ਬੈਠੇ ਰਹਿਣ। ਤਾਂ ਜੀ ਦੇਖੀਏ ਤਾਂ ਲੰਬੇ ਸਮੇਂ ਤੋਂ ਲੋਕ ਜਿਹੜੇ ਇੰਤਜ਼ਾਰ ਕਰਦੇ ਪਏ ਸੀਗੇ, ਪਰ ਉਹ ਆ ਕੇ ਸਿਰਫ ਗੇੜਾ ਦੇ ਕੇ ਚੱਲ ਗਏ। ਇਹ ਪਹਿਲਾ ਮੁੱਖ ਮੰਤਰੀ ਆ ਪੰਜਾਬ ਦੇ ਜਿਹੜੇ ਆਮ ਲੋਕਾਂ ਦੇ ਵਿੱਚ ਘੁੰਮ ਫਿਰ ਕੇ ਗੇੜਾ ਦੇ ਕੇ ਗਏ ਆ। ਕਿੰਨਾ ਉਤਸ਼ਾਹ ਆ ਲੋਕਾਂ ਦੇ, ਸਵੇਰ ਦੇ ਮੀਂਹ ਪੈਂਦੇ ਇੰਤਜ਼ਾਰ ਕਰਦੇ ਆ। ਇਹ ਲੀਡਰ ਦਾ ਇੱਕ ਪਿਆਰ ਹੁੰਦਾ, ਇਹ ਲੋਕਾਂ ਦੇ ਦਿਲਾਂ 'ਚ ਉਹਨੇ ਦੱਸਤਾ ਕਿ ਚਰਨ ਸਿੰਘ ਚੰਨੀ ਬਾਕੀ ਲੋਕਾਂ ਦੇ ਦਿਲਾਂ 'ਚ ਵੱਸ ਰਿਹਾ। ਲੋਕਾਂ 'ਚ ਐਡਾ ਉਤਸ਼ਾਹ ਹੈ, 20 ਤਰੀਕ ਦੀ ਉਡੀਕ ਕਰ ਰਹੇ ਹੈ ਵੀ ਕਦੋਂ ਵੀ ਅਸੀਂ ਜਿਹੜਾ ਹੈਗਾ ਹੱਥ ਪੰਜੇ ਦਾ ਬਟਨ ਦਵਾ ਕੇ ਕਾਂਗਰਸ ਦਾ ਇੱਥੋਂ MLA ਬਣਾ ਕੇ ਅਸੀਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਾਂ। ਉਹਨਾਂ ਨੇ ਹਰੇਕ ਵਰਗ ਦਾ ਸੋਚਿਆ, ਲੋਕ ਇਹਨੂੰ ਆਉਣ ਵਾਲਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੈ। ਅੱਜ ਮੈਂ ਬੱਲਾਚੌਰ ਦੇ ਵਿੱਚ ਆਇਆ, MLA ਸਾਹਿਬ ਮੰਗੂਪੁਰ ਜੀ ਇਹਨਾਂ ਦੇ ਘਰ ਆਉਣਾ ਸੀ ਅਤੇ ਲੋਕਾਂ ਨੂੰ ਪਤਾ ਕਰਨ ਲੱਗਣ ਕਾਰਨ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ। ਬਾਜ਼ਾਰ ਦੇ ਵਿੱਚ ਮੇਰਾ ਬਹੁਤ ਸਵਾਗਤ ਕੀਤਾ ਗਿਆ, ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਪਰ ਮੈਂ ਇੱਕ ਗੱਲ ਦੀ ਮਾਫੀ ਮੰਗਣਾ ਚਾਹੁੰਦਾ ਕਿ ਜਿਹੜੇ ਲੋਕ ਦਾਣਾ ਮੰਡੀ 'ਚ ਇਕੱਠੇ ਹੋਏ ਸੀ ਕੋਵਿਡ ਕਰਕੇ ਇਲੈਕਸ਼ਨ ਕਮਿਸ਼ਨ ਦੀਆਂ ਰਿਸਟ੍ਰਿਕਸ਼ਨਾਂ ਕਰਕੇ ਮੈਂ ਉੱਥੇ ਉਹਨਾਂ ਨੂੰ ਐਡਰੈਸ ਨਹੀਂ ਕਰ ਸਕਿਆ, ਉਹਨਾਂ ਵਿੱਚ ਜਾ ਨਹੀਂ ਸਕਿਆ, ਉਹਦੇ ਲਈ ਮਾਫੀ ਚਾਹੁੰਦਾ। ਜਦੋਂ ਇਹ ਰਿਸਟ੍ਰਿਕਸ਼ਨਾਂ ਖਤਮ ਹੋ ਗਈਆਂ ਮੈਂ ਦੁਬਾਰੇ ਫਿਰ ਆ ਕੇ ਤੁਹਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਵੀ ਮਿਲਾਂਗਾ। ਹੁਣ ਮੈਂ MLA ਸਾਹਿਬ ਦੇ ਘਰ ਆਇਆ, ਇੱਥੇ ਵੀ ਕੁਛ ਲੋਕ ਮਿਲਣ ਆਏ ਆ, ਬਾਜ਼ਾਰ ਦੇ ਵਿੱਚ ਬਹੁਤ ਬੜਾ ਸਵਾਗਤ ਕੀਤਾ ਗਿਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੱਲਾਚੌਰ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਅੱਜ ਵਰਕਰ ਮਿਲਣੀ ਕਰਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਹੱਕ ਦੇ ਵਿੱਚ ਜਿਹੜਾ ਪ੍ਰਚਾਰ ਕੀਤਾ ਆ, ਤੇ ਸਾਡੇ ਨਾਲ ਬੱਲਾਚੌਰ ਦੇ ਸ਼ਹਿਰ ਦੇ ਪ੍ਰਧਾਨ ਹੈਗੇ। ਪ੍ਰਧਾਨ ਜੀ, ਕਿੱਦਾਂ ਦੇਖਦੇ ਆ ਅੱਜ ਦੇ ਪ੍ਰਚਾਰ ਨੂੰ, ਵਰਕਰ ਮਿਲਣੀ ਨੂੰ ਜੀ? ਜਿਹੜੀ ਅੱਜ ਦੀ ਇੱਕ ਵਰਕਰ ਮਿਲਣੀ ਸੀਗੀ, ਇਹ ਸਾਡੇ ਪੰਜਾਬ ਦੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਵਰਕਰ ਮਿਲਣੀ ਕਰਨ ਆਉਣਾ ਸੀ ਅਤੇ ਪਹੁੰਚੇ ਵੀ ਆਓ। ਇਹ ਮਿਲਣੀ ਇੱਕ ਰੈਲੀ ਦਾ ਬਹੁਤ ਵੱਡਾ ਰੂਪ ਧਾਰਨ ਕਰ ਗਈ। ਤੁਸੀਂ ਸ਼ਹਿਰ 'ਚ ਦੇਖਿਆ 8-10 ਜਗ੍ਹਾ 'ਤੇ ਵੱਖ ਵੱਖ ਥਾਵਾਂ 'ਤੇ ਹਜ਼ਾਰਾਂ ਸੈਂਕੜੇ ਤਾਏ ਲੋਕਾਂ ਨੇ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਕੀਤਾ, ਫੁੱਲ ਸਿੱਟ ਕੇ, ਹਾਰ ਸਿੱਟ ਕੇ। ਅਤੇ ਮੰਡੀ ਦੇ ਵਿੱਚ ਬੜਾ ਉਤਸ਼ਾਹ ਆ, ਲੋਕ ਸਵੇਰ ਦੇ ਮੀਂਹ ਪੈਂਦੇ ਹੋਏ ਵੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਅਤੇ ਮੁੱਖ ਮੰਤਰੀ ਸਾਹਿਬ ਦਾ ਕਿ ਕਦੋਂ ਮੁੱਖ ਮੰਤਰੀ ਸਾਹਿਬ ਆਉਣ ਅਤੇ ਸਾਨੂੰ ਮਿਲਣ। ਮੁੱਖ ਮੰਤਰੀ ਸਾਹਿਬ ਨੇ ਅੱਜ ਬੱਲਾਚੌਰ ਆ ਕੇ ਇਹ ਲੋਕਾਂ ਦੇ ਦਿਲਾਂ ਛਾਪ ਛੱਡ ਦਿੱਤੀ ਅਤੇ ਮਹਿਸੂਸ ਕਰਵਾ ਦਿੱਤਾ ਕਿ ਮੈਂ ਇੱਕ ਵਾਕਈ ਆਮ ਆਦਮੀ ਹਾਂ, ਇੱਕ ਆਮ ਆਦਮੀ ਵਾਂਗੂ ਮੁੱਖ ਮੰਤਰੀ ਪਹਿਲੀ ਵਾਰ ਮੈਂ ਇਸ ਮੰਡੀ ਦੇ ਵਿੱਚ ਆਮ ਲੋਕਾਂ ਦੇ ਵਿੱਚ ਵਿਚਰਦਾ ਹੋਇਆ ਦੇਖਿਆ। ਅਤੇ ਸੋ ਮੈਂ ਆਖਰ 'ਚ ਇਹੀ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਲੋਕ ਇੱਥੇ ਆਏ ਆ, ਮੁੱਖ ਮੰਤਰੀ ਸਾਹਿਬ ਦਾ ਕੋਈ ਪ੍ਰੋਟੋਕੋਲ ਤਾਂ ਕੋਈ ਕਰੋਨਾ ਦੀਆਂ ਗਾਈਡਲਾਈਨਾਂ ਸੀਗੀਆਂ, ਇਸ ਕਰਕੇ ਉਹ ਸਟੇਜ 'ਤੇ ਜਾ ਕੇ ਭਾਸ਼ਣ ਹੀ ਦੇ ਸਕੇ। ਉਹ ਸਾਰੇ ਲੋਕਾਂ ਨੂੰ ਜਿੰਨੇ ਵੀ ਇੱਥੇ ਵਰਕਰ ਆਏ ਸੀ, ਜਿੰਨੇ ਵੀ ਉਹਨਾਂ ਚਾਹਣ ਵਾਲੇ ਆਏ ਸੀ, ਉਹਦੇ ਘੁੰਮ ਫਿਰ ਕੇ ਆਪਣਾ ਸਾਹ ਚੌਰ 'ਚ ਅਚੇਚੇ ਤੌਰ 'ਤੇ ਸਪੈਸ਼ਲ ਰੈਲੀ ਕਰਕੇ ਜਾਓ। ਪਰ ਅੱਜ ਦੇਖੀਏ ਤਾਂ ਲੰਬੇ ਸਮੇਂ ਤੋਂ ਲੋਕ ਜਿਹੜੇ ਇੰਤਜ਼ਾਰ ਕਰਦੇ ਪਏ ਸੀਗੇ, ਪਰ ਉਹ ਆ ਕੇ ਸਿਰਫ ਗੇੜਾ ਦੇ ਕੇ ਚੱਲ ਗਏ, ਤਾਂ ਅੱਜ ਇਹਦੇ ਨਾਲ ਕੀ ਲੋਕਾਂ 'ਚ ਨਿਰਾਸ਼ਤਾ ਨਹੀਂ ਜਾਏਗੀ ਜੀ? ਇਹ 'ਚ ਕੋਈ ਨਿਰਾਸ਼ਤਾ ਨਹੀਂ ਲੋਕਾਂ 'ਚ ਹੈਗੀ, ਲੋਕਾਂ ਉਤਸ਼ਾਹ ਹੋਇਆ। ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ, ਅੱਜ ਤੱਕ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਹੋਏ ਆ, ਇਹ ਪਹਿਲਾ ਮੁੱਖ ਮੰਤਰੀ ਆ ਪੰਜਾਬ ਦੇ ਜਿਹੜੇ ਆਮ ਲੋਕਾਂ ਦੇ ਵਿੱਚ ਘੁੰਮ ਫਿਰ ਕੇ ਗੇੜਾ ਦੇ ਕੇ ਗਏ ਆ। ਨਹੀਂ, ਅੱਜ ਤੱਕ ਮੈਂ ਕਦੀ ਵੀ ਕੋਈ ਮੁੱਖ ਮੰਤਰੀ ਲੋਕਾਂ ਦੇ ਵਿੱਚ ਜਾਂਦਾ ਨਹੀਂ ਦੇਖਿਆ, ਜਿੱਦਾਂ ਅੱਜ ਦੇ ਪੰਜਾਬ ਦੇ ਸਰਦਾਰ ਚਰਨਜੀਤ ਚੰਨੀ ਨੇ ਲੋਕਾਂ ਦਾ ਪਿਆਰ ਲਿੱਤਾ ਅਤੇ ਪਿਆਰ ਦਿੱਤਾ, ਦੁਆਵਾਂ ਲੋਕਾਂ ਨੇ ਦਿੱਤੀਆਂ, ਅਤੇ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ ਮੈਂ ਅਗਲੀ ਵਾਰ ਬੱਲਾਚੌਰ ਦੇ ਵਿੱਚ ਜ਼ਰੂਰ ਆਊਂਗਾ, ਜਿੰਨਾ ਲੋਕਾਂ ਦਾ ਉਤਸ਼ਾਹ ਅਤੇ ਪਿਆਰ ਮਿਲਿਆ ਜੋ। ਅੱਜ ਦਾ ਪਰਪਜ ਕੀ ਸੀਗਾ ਜੀ ਸਾਰੀ ਰੈਲੀ ਦਾ, ਅਤੇ ਲੋਕਾਂ ਦੇ ਵਿੱਚ ਹੁਣ ਕਿੱਦਾਂ ਦਾ ਤੁਸੀਂ ਉਤਸ਼ਾਹ ਦੇਖਦੇ ਹੋ? ਦੇਖੋ, ਇਹ ਅੱਜ ਦਾ ਜਿਹੜਾ ਪਰਪਜ ਤਾਂ ਇਲੈਕਸ਼ਨ ਹੋ ਰਿਹਾ ਵਾ, ਆਪਣੇ ਆਪਣੇ ਹਲਕਿਆਂ ਦੇ ਵਿੱਚ MLA ਦੇ ਨਾਲ ਮੁੱਖ ਮੰਤਰੀ ਆ ਰਹੇ ਆ, ਵਰਕਰਾਂ ਜੋਸ਼ ਭਰਨ ਲਈ ਉਤਸ਼ਾਹ ਦੇਣ ਦੇ ਲਈ ਇੱਕ ਵਰਕਰ ਰੈਲੀ ਕਹਿ ਦੀ, ਇਹਨੂੰ ਇੱਕ ਵਰਕਰ ਮਿਲਣੀ ਸੀਗੀ ਅੱਜ।
ਇਹ ਲੋਕਾਂ ਨੂੰ ਜਿੱਦਾਂ ਜਿੱਦਾਂ ਪਤਾ ਲੱਗਿਆ ਅਸੀਂ ਆਪ ਹੈਰਾਨ ਹੋ ਗਏ ਕਹਿਣ ਲਈ ਦੁਨੀਆ ਆਪਣੇ ਮਹਾਰੇ ਆਪ ਆ ਗਈ ਹੈ ਚੱਲ ਕੇ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਦੇ ਨਾਂ ਨੂੰ। ਤੁਸੀਂ ਸ਼ਹਿਰ ਦੇ ਵਿੱਚ ਵੀ ਦੇਖਿਆ ਹੋਣਾ ਵੱਖ ਵੱਖ ਥਾਵਾਂ 'ਤੇ ਬਾਜ਼ਾਰਾਂ ਦੇ ਵਿੱਚ ਕਿੰਨਾ ਉਤਸ਼ਾਹ ਆ ਲੋਕਾਂ ਦੇ, ਸਵੇਰ ਦੇ ਮੀਂਹ ਪੈਂਦੇ ਇੰਤਜ਼ਾਰ ਕਰਦੇ ਆ। ਇਹ ਲੀਡਰ ਦਾ ਇੱਕ ਪਿਆਰ ਹੁੰਦਾ, ਇਹ ਲੋਕਾਂ ਦੇ ਦਿਲਾਂ 'ਚ ਉਹਨੇ ਦੱਸਤਾ ਕਿ ਚਰਨਜੀਤ ਚੰਨੀ ਵਾਕਿਆ ਲੋਕਾਂ ਦੇ ਦਿਲਾਂ 'ਚ ਵੱਸ ਰਿਹਾ ਵਾ। ਆਪਾਂ ਦੇਖੀਏ ਤਾਂ ਬਹੁਤ ਸਾਰੇ ਜਿਹੜੇ ਅੱਜ ਵਰਕਰ ਜਾਂ ਤੁਹਾਡੇ ਖਾਸ ਕਰਕੇ ਲੀਡਰ ਨਾਰਾਜ਼ ਨਜ਼ਰ ਆਉਂਦੇ ਵੱਖ ਵੱਖ ਪਾਰਟੀਆਂ 'ਚ ਵੀ ਜਾ ਰਹੇ। ਅੱਜ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਅਸ਼ੋਕ ਨਾਨੋਵਾਲ ਸਾਹਿਬ ਨੇ ਜਿਹੜਾ ਆ ਉਹ ਐਲਾਨ ਕੀਤਾ ਅਲੱਗ ਤੋਂ ਚੋਣ ਲੜਨ ਦਾ। ਦੇਖੋ ਹਰ ਇੱਕ ਨੂੰ ਲੋਕਤੰਤਰ ਰਾਜ ਆ ਇਹ, ਹਰ ਇੱਕ ਨੂੰ ਹੱਕ ਆ ਆਜ਼ਾਦ ਲੜਨ ਦਾ ਨਾ ਲੜਨ ਦਾ। ਕਈ ਵਾਰ ਮਨਾਂ ਦੇ ਮਨ ਮਟਾ ਵੀ ਹੋ ਜਾਇਆ ਕਰਦੇ ਆ, ਇਹ ਸਿਲਸਿਲਾ ਲੱਗਿਆ ਵਾ, ਦੋ ਇੱਧਰ ਚਲੇ ਗਏ ਦੋ ਉੱਧਰ ਚਲੇ ਗਏ, ਲੇਕਿਨ ਮੈਂ ਫਿਰ ਵੀ MLA ਸਾਹਿਬ ਦੇ ਪ੍ਰਯਤਨ ਆ, ਉਹਨਾਂ ਦੇ ਜਿੰਨੇ ਵੀ ਪਰਿਵਾਰ ਦੇ ਜਿੰਨੇ ਵੀ ਸਾਥੀ ਆ, ਸਾਡਾ ਸਭ ਦਾ ਯਤਨ ਆ। ਜੇ ਕੋਈ ਵੀਰ ਸਾਡਾ ਰੁੱਸਿਆ ਵਾ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਮਨਾਉਣ ਦੀ ਕਿ ਭਾਈ ਕੋਈ ਗੱਲ ਨਹੀਂ, ਘਰਾਂ 'ਚ ਬਥੇਰੇ ਗਿਲੇ ਸ਼ਿਕਵੇ ਹੋ ਜਾਇਆ ਕਰਦੇ ਆ, ਗਿਲੇ ਸ਼ਿਕਵੇ ਦੂਰ ਵੀ ਹੋ ਜਾਂਦੇ ਆ। ਮੁੱਖ ਮੰਤਰੀ ਚੰਨੀ ਸਾਹਿਬ ਆ ਜਾਏ, ਤੁਸੀਂ ਵੀ ਸ਼ਹਿਰ ਦੇ ਪ੍ਰਧਾਨ ਹੋ, ਕਿੱਦਾਂ ਦੇਖਦੇ ਆ ਵੀ ਸ਼ਹਿਰ ਦੀ ਜਿਹੜੀ ਅੱਜ ਤੱਕ ਹੁਣ ਤੱਕ ਜਿਹੜੀ ਡਿਵੈਲਪਮੈਂਟ ਚਾਹੇ ਸਰਕਾਰ ਨੇ ਚੰਨੀ ਸਰਕਾਰ ਨੇ ਕਰਾਈ ਹੈ ਚਾਹੇ MLA ਸਾਹਿਬ ਨੇ ਕਰਾਈ ਹੈ ਜੀ? ਦੇਖੋ ਮੈਂ ਅੱਗੇ ਵੀ ਹਰ ਵੇਲੇ ਇਹ ਗੱਲ ਕਹਿੰਦਾ ਕਿ ਜੇ ਬਲਾਚੌਰ ਸ਼ਹਿਰ ਦਾ ਇਕੱਲੇ ਟਿੰਕੂ ਪ੍ਰਧਾਨ ਦੇ ਕਹਿਣ 'ਤੇ ਨਹੀਂ ਕਿ ਟਿੰਕੂ ਪ੍ਰਧਾਨ ਕਹਿੰਦਾ ਸ਼ਹਿਰ ਦਾ ਵਿਕਾਸ ਹੋਇਆ, ਇੱਥੇ ਜਿੰਨੇ ਵੀ ਸੈਂਕੜੇ ਲੋਕ ਖੜੇ ਤੁਸੀਂ ਸ਼ਹਿਰ 'ਚ ਘੁੰਮ ਕੇ ਜਾਂ ਬਾਜ਼ਾਰਾਂ ਜਾ ਕੇ ਪੁੱਛ ਲਓ ਕਿ ਸ਼ਹਿਰ ਦਾ ਵਿਕਾਸ ਹੋਇਆ, ਫੁੱਟਪਾਥ ਬਣ ਚੁੱਕੇ ਸੜਕ ਦੇ, ਪੱਦੀ ਰੋਡ ਦੇਖ ਲਓ, ਮੇਨ ਚੌਂਕ ਦੇਖ ਲਓ, ਚੰਡੀਗੜ੍ਹ ਰੋਡ ਦੇਖ ਲਓ, ਗੜ੍ਹ ਸ਼ੰਕਰ ਰੋਡ HDFC ਕੋਲ ਬਣਨ ਜਾ ਰਿਹਾ ਵਾ, ਇਸੇ ਤਰ੍ਹਾਂ ਜਨਰਲ ਬਿਕਰਮ ਸਿੰਘ ਦੇ ਸਟੈਚੂ ਕੋਲ ਉੱਥੇ ਬਣਨ ਜਾ ਰਿਹਾ। ਹਾਈ ਮਾਸਕ ਵੱਡੀਆਂ ਵੱਡੀਆਂ ਲਾਈਟਾਂ ਸ਼ਹਿਰ ਦੇ ਵਿੱਚ ਲੱਗ ਗਈਆਂ, ਪੀਣ ਵਾਲੇ ਪਾਣੀ ਦੇ ਪ੍ਰਬੰਧ ਹੋ ਰਹੇ ਆ, ਸਫਾਈ ਦੇ ਆ, ਘਰ ਘਰੋਂ ਕੂੜਾ ਚੱਕ ਰਹੇ ਆ। ਸੋ ਕਹਿੰਦੇ ਜਿਹੜੀਆਂ ਬੇਸਿਕ ਜ਼ਰੂਰਤਾਂ ਹੈਗੀਆਂ ਨਗਰ ਕੌਂਸਲ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ, ਅਤੇ MLA ਸਾਹਿਬ ਦੇ ਪ੍ਰਯਤਨਾਂ ਸਦਕੇ ਸ਼ਹਿਰ 'ਚ ਕਰੋੜਾਂ ਰੁਪਈਆਂ ਦੀਆਂ ਇੱਕ ਇੱਕ ਵਾਰਡ ਨੂੰ ਕਰੋੜਾਂ ਕਰੋੜਾਂ ਦੀਆਂ ਗਰੰਟਾਂ ਆਈਆਂ। ਇਹ ਕੋਈ ਕਹਿਣ ਦੀ ਗੱਲ ਨਹੀਂ, ਪ੍ਰੈਕਟੀਕਲੀ ਤੌਰ 'ਤੇ ਉੱਥੇ ਕੰਮ ਵੀ ਚੱਲ ਰਹੇ। ਜੇ ਗਰੰਟਾਂ ਆਈਆਂ ਉਹਨਾਂ ਵਾਰਡਾਂ 'ਚ ਕਰੋੜਾਂ ਰੁਪਏ ਦੇ, ਤਦੇ ਕੰਮ ਚੱਲ ਰਹੇ। ਕਹਿਣ ਨੂੰ ਕੋਈ ਵੀ ਕਹੀ ਜਾਵੇ, ਤੂੰ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਕਹਿਣ ਲੱਗਾ। ਕੋਈ ਕਹਿੰਦੇ ਮੈਂ ਸੁਣਿਆ ਸੀ ਵੀਡੀਓ ਕਿ ਮੇਰੇ ਵਾਰਡ ਨੂੰ ਵਿਤਕਰਾ ਹੋਇਆ, ਲੇਕਿਨ ਮੈਂ ਆਮ ਲੋਕਾਂ ਨੂੰ, ਉਸ ਵਾਰਡ ਦੇ ਲੋਕਾਂ ਨੂੰ ਵੀ ਇਹ ਸੁਨੇਹਾ ਲਾਉਣਾ ਚਾਹੁੰਦਾ ਕਿ ਭਾਈ ਤੁਸੀਂ ਦੱਸ ਦਿਓ ਕਿ ਵਿਤਕਰਾ ਹੋਇਆ। 50% ਤੋਂ ਅਵੱਬ ਕੰਮ ਉਸ ਵਾਰਡ ਦੇ ਹੋ ਚੁੱਕੇ ਆ ਤਕਰੀਬਨ ਹਰ ਵਾਰਡਾਂ ਦੇ। ਦੇਖੋ ਮੇਰੇ ਧਿਆਨ 'ਚ ਨਹੀਂ ਕੋਈ ਗੜ੍ਹ ਸ਼ੰਕਰ ਰੋਡ 'ਤੇ ਪਾਣੀ ਘੁੰਮਦਾ, ਇਹ ਮਾੜੀ ਮੋਟੀ ਪ੍ਰੋਬਲਮ ਆ। ਟਰੀਟਮੈਂਟ ਪਲਾਂਟ 5.25 crore ਦੇ ਪ੍ਰੋਜੈਕਟ ਦਾ ਉਦਘਾਟਨ ਹੋ ਚੁੱਕਾ, ਉਹਦਾ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ। ਇਹ ਜਿੰਨੇ ਕੰਮ ਚੱਲਦੇ ਆ 2-4 ਮਹੀਨੇ ਸਾਰੇ ਮੁਕੰਮਲ, ਕੋਈ ਸ਼ਹਿਰ 'ਚ ਕਿਸੇ ਤਰ੍ਹਾਂ ਦੀ ਦਿੱਕਤ ਰਹਿਣੀ ਨਹੀਂ ਹੈਗੀ। ਪ੍ਰਧਾਨ ਜੀ, ਇਹ ਤਾਂ ਜਿਸ ਤਰ੍ਹਾਂ ਤੁਸੀਂ ਵਿਕਾਸ ਦੀ ਗੱਲ ਕਰਦੇ ਆ, ਵਿਧਾਇਕ ਸਾਹਿਬ ਦੀ ਅਤੇ ਤੁਹਾਡੀ ਸਰਕਾਰ ਵੀ ਵਿਕਾਸ ਦੇ ਮੁੱਦੇ ਦੇ ਉੱਤੇ ਚੋਣ ਲੜਨ ਜਾ ਰਹੀ ਹੈ, ਇਹ ਤੁਹਾਡੇ ਵਿਰੋਧੀ ਵੀ ਮੰਨਦੇ ਆ ਵੀ ਬਲਾਚੌਰ ਦੇ ਵਿੱਚ ਖਾਸ ਕਰਕੇ ਹਲਕੇ 'ਚ ਦੇਖੀਏ ਤਾਂ ਵਿਕਾਸ ਹੋਇਆ, ਪਰ ਤੁਹਾਡੇ ਹੀ ਬਹੁਤ ਸਾਰੇ ਸਾਥੀ ਜਿਹੜੇ ਨਾਰਾਜ਼ ਆ ਉਹ ਕਹਿੰਦੇ ਦਿਸ਼ਾਹੀਣ ਵਿਕਾਸ ਹੋਇਆ, ਕੋਈ ਦਿਸ਼ਾ ਦੇ ਨਾਲ ਨਹੀਂ ਹੈ, ਤਾਂ ਹੀ ਇਸ ਕਰਕੇ ਅਧੂਰਾ ਪਿਆ ਜੀ। ਦੇਖੋ ਗੱਲ ਆ, ਮੈਂ ਤੁਹਾਨੂੰ ਪਹਿਲੇ ਗੱਲ ਕਹੀ, ਹਰ ਇੱਕ ਦਾ ਮਨ ਆ ਜੋ ਮਰਜ਼ੀ ਕਿਸੇ ਨੂੰ ਕਹਿ ਸਕਦਾ, ਵਿਕਾਸ ਤਾਂ ਹੋਇਆ ਨਾ। ਜਿਹੜੇ ਰੋਡ ਗੜ੍ਹ ਸ਼ੰਕਰ ਰੋਡ ਆ ਚੰਡੀਗੜ੍ਹ, ਆਮ ਲੋਕ ਸੰਗਤ ਚਾਹੇ ਉਹ ਕਿਸੇ ਵੀ ਪਾਰਟੀ ਦਾ ਇਨਸਾਨ ਹੋਵੇ, ਲੰਘਦਾ ਆਮ ਜਨਤਾ ਵੀ ਰਹੀਦਾ, ਚਾਹੇ ਉਹ ਕਿਸੇ ਪਾਰਟੀ ਨਾਲ ਤਾਲੁਕਾਤ ਨਾ ਰੱਖਦਾ ਹੋਵੇ, ਦਿਸ਼ਾ ਇਹਨੂੰ ਤੁਸੀਂ ਕਿੱਦਾਂ ਕਹਿ ਸਕਦੇ ਆ? ਇਹ ਮੈਂ ਅਸੀਂ ਨਹੀਂ ਕਹਿੰਦੇ, ਤੁਹਾਡੇ ਹੀ ਤੁਹਾਡੀ ਪਾਰਟੀ ਦੇ ਜਿਹੜੇ ਲੋਕ ਕਹਿ ਰਹੇ ਨੇ। ਮੈਂ ਕਹਿੰਦਾ ਜੀ, ਮੈਂ ਉਹੀ ਕਹਿੰਦਾ ਦਿਸ਼ ਇੱਕ ਬੰਦੇ ਦੇ ਕਹਿਣ ਨੂੰ ਕਿਆ ਹੋ ਸਕਦਾ? ਤੁਸੀਂ ਦੱਸੋ ਵੀ ਗੜ੍ਹ ਸ਼ੰਕਰ ਰੋਡ 20 ਸਾਲ ਦਾ ਨਰਕ ਭੋਗ ਰਹੇ ਤੇ ਲੋਕ, ਉਹ ਵਿਕਾਸ ਨਹੀਂ ਹੈਗਾ? ਚੰਡੀਗੜ੍ਹ ਰੋਡ ਫੁੱਟਪਾਥ ਬਣ ਗਏ, ਰਾਤ ਨੂੰ ਲਾਈਟਾਂ ਲੱਗ ਗਈਆਂ, ਪੀਣ ਵਾਲੇ ਪੀਣੇ ਪਾਣੀ ਦੇ ਪ੍ਰਬੰਧ ਹੋ ਰਹੇ ਆ, ਇਹ ਦੱਸੋ ਵਿਕਾਸ ਨਹੀਂ? ਹੋਰ ਵਿਕਾਸ ਕਿਆ? ਮੈਨੂੰ ਨਾ ਲੋਕਾਂ ਦੀ ਸਮਝ ਨਹੀਂ ਆਉਂਦੀ ਉਹ ਲੋਕ ਵਿਕਾਸ ਕਿਸ ਚੀਜ਼ ਨੂੰ ਕਹਿੰਦੇ ਆ, ਕਿ ਵਿਕਾਸ ਦੀ ਪਰਿਭਾਸ਼ਾ ਕਿਆ ਵਾ? ਜਾਂ ਤਾਂ ਇਹ ਗੱਲ ਕਿ ਉਹਨਾਂ ਨੂੰ ਪਤਾ ਨਹੀਂ ਵਿਕਾਸ ਕਹਿੰਦੇ ਕਿਹਨੂੰ ਆ। ਜੇ ਉਹਨਾਂ ਨੂੰ ਵਿਕਾਸ ਦਾ ਪਤਾ ਹੁੰਦਾ ਤਾਂ ਬਲਾਚੌਰ ਸ਼ਹਿਰ ਜਿਹੜਾ 20 ਸਾਲ ਦਾ ਅਣਗੋਲਿਆ ਤਾ, ਅਤੇ ਉਹ ਸ਼ਾਇਦ ਨਾ ਅਣਗੋਲਿਆ ਰਹਿੰਦਾ। ਇਸੇ ਤਰ੍ਹਾਂ ਸਾਡੇ ਨਾਲ MC ਸਾਹਿਬ ਵੀ ਮੌਜੂਦ ਹੈਗੇ ਆ, ਪ੍ਰਧਾਨ ਸਾਹਿਬ ਤੋਂ MC ਸਾਹਿਬ ਨੂੰ ਪੁੱਛ ਲੈਣੇ। ਹਾਂਜੀ, ਕਿੱਦਾਂ ਦੇਖਦੇ ਆ ਤੁਸੀਂ ਜਿਹੜੇ ਵਿਕਾਸ ਦੇ ਮੁੱਦੇ ਨੂੰ ਲੈ ਕੇ, ਸ਼ਹਿਰ ਦੇ ਵਿਕਾਸ ਨੂੰ ਲੈ ਕੇ? ਜੀ ਦੇਖੋ ਜੀ, ਵਿਕਾਸ ਆਮ ਪਬਲਿਕ ਨੂੰ ਦਿਖਾਈ ਦੇ ਰਿਹਾ, ਜਿਹਨੇ ਸਾਡੇ ਹਲਕੇ ਦੇ ਲੋਕ ਜਾਂ ਬਾਹਰੋਂ ਵੀ ਆਉਂਦੇ ਆ, ਵਿਕਾਸ ਬਹੁਤ ਜ਼ਿਆਦਾ ਹੋਇਆ, ਅਤੇ ਪਹਿਲੇ ਨਾ ਵਿਕਾਸ ਕਦੇ ਨਹੀਂ ਹੋਇਆ ਹੈਗਾ। ਅਤੇ ਜਿਸ ਤਰ੍ਹਾਂ ਆਪਾਂ ਦੇਖੀਏ ਹੁਣ ਵਿਕਾਸ ਦੇ ਮੁੱਦੇ 'ਤੇ ਕਾਂਗਰਸ ਚੋਣ ਲੜਨ ਜਾ ਰਹੀ ਹੈ, ਖਾਸ ਕਰਕੇ ਬਲਾਚੌਰ ਹਲਕੇ ਦੇ ਵਿੱਚ ਵਿਧਾਇਕ ਸਾਹਿਬ ਵੀ ਇਹ ਦਾਅਵਾ ਕਰਦੇ ਪਏ ਆ ਹਿੱਕ ਠੋਕ ਕੇ ਵੀ ਵਿਕਾਸ ਦੇ ਮੁੱਦੇ 'ਤੇ ਲੜੇ ਜਾਊਗਾ, ਕੀ ਮੰਨਦੇ ਆ ਤੁਸੀਂ ਵੀ ਤੁਹਾਡੇ ਜਿੱਦਾਂ ਬਲਾਚੌਰ ਸ਼ਹਿਰ ਦਾ ਔਰ ਖਾਸ ਕਰਕੇ ਤੁਹਾਡੇ ਵਾਰਡ ਦਾ ਵਿਕਾਸ ਹੋਇਆ ਹੈ? ਬਿਲਕੁਲ ਬਿਲਕੁਲ, ਮੇਰੇ ਵਾਰਡ ਵਾਸੀਆਂ ਪੁੱਛੋ ਵਿਕਾਸ ਹੋਇਆ ਕਿ ਨਹੀਂ ਹੈ, ਵਾਰਡ ਵਿੱਚ ਸ਼ਹਿਰ ਤੋਂ ਪੁੱਛ ਲਓ ਕਿਸੇ ਤੋਂ ਵੀ, ਕੋਈ ਗਲੀ ਰਹਿ ਗਈ ਹੋਈ ਬਣਨ ਵਾਸਤੇ ਬਣ ਜਾਊਗੀ, ਪਰ ਇਹੋ ਜਿਹਾ ਹਾਲਾਤ ਨਹੀਂ ਹੈ। ਬਹੁਤ ਗੰਦਗੀ ਹੈ ਜਾਂ ਸ਼ਹਿਰ ਦੇ ਵਿੱਚ ਜਾਂ ਕੂੜਾ ਪਿਆ, ਉਹ ਗੱਲਬਾਤ ਬਿਲਕੁਲ ਨਹੀਂ ਹੈ। ਬਿਲਕੁਲ ਬਹੁਤ ਵਧੀਆ ਵਿਕਾਸ ਹੋਇਆ, ਇੰਨਾ ਵਿਕਾਸ ਨਾ ਹੋਇਆ ਸ਼ਹਿਰ ਨਾ ਹੋਵੇ। ਅੱਜ ਚਰਨਜੀਤ ਸਿੰਘ ਚੰਨੀ ਜੀ ਨੇ ਵੀ ਵਰਕਰ ਮਿਲਣੀ ਕੀਤੀ ਹੈ, ਇਹਨੂੰ ਕਿੱਦਾਂ ਦੇਖਦੇ ਆ?
वो पब्लिक जिन्हों पता लगी है रश बहुत ज़्यादा हो गया वो थोड़ा दिखा पूरी रैली पूरी बन गई वो करके सीएम साहब बहरों चल गए निकले। तो जब सीएम साहब की गल कर लिए कांग्रेस ने जी जिस तरह विकास के मुद्दे से उस तो बाद नशियां के मुद्दे से माइनिंग के मुद्दे से लैके भी चोण पर देखिए तो मुख्यमंत्री चन्नी साहब से भी सीधी दोष लगते हैं ईडी की रेड भी पई है तो खास करके विधायक साहब से भी ये उंगल चुकी जाती है। देखो जी नशे की गल करिए पिछले पाँच साल का तो हुण दे पाँच साल का थोड़ा कुछ फर्क लग्या होना ठीक है नशा कोई बिल्कुल नहीं है जे माइनिंग की गल माइनिंग हुण नवा काम तो नहीं भी माइनिंग हुण चालू होया माइनिंग पहले चलता नहीं सीगा पहले कोई बोलता नहीं सीगा हुण माइनिंग का काम बिल्कुल बंद होया वा ठीक है। बाकी चन्नी साहब जो कर जाए चन्नी साहब की गल कर रहे हैं पैसे की वो खुद को नहीं मिले है कोई भी किसा रिश्ता मित्र दोस्त वो को मिल सकता वह रिलेटिव हो आप खुद जो को मिले फिर तो आप कह सकते उस चीज़ में चन्नी साहब के काम से विधायक साहब के काम तो तुम खुश हो एज ए एम सी बिल्कुल बिल्कुल बहुत ज़्यादा खुश है इन्ने खुश कद नहीं हुए जिन्हें हम खुश हो जी। इस तरह सा यूथ आगू कांग्रेस के भी मौजूद है कि हाँ जी वीर जी कि देखते हैं बहुत वधिया देखते हैं जी साढ़े शहर के बिच अज तो 5 साल 10 साल पहला तुसी देख लो सारे पासे काम हो रहे हैं टोटल लाइटा लग रही बर्म बन रहे हैं तुसी सियाने तो आपां आंदे सी रात नूं ब्याह शादी तो 11-12 बजे मीह पैंदे सियाने पंप ते सौना पैंदा सी इन्ना पानी उत्थे हुंदा सी अज दी डेट दे विच अज मीह पै जावे जो मर्जी पै जावे लोग अपने घरां दे विच आराम नाल पहुंचदे आ। जिथे आपां अज ए रैली हो रही है इत्थे खड़े हां थोड़ा जिहा मीह पिया आले दुआले चिक्कड़ चिक्कड़ हो गया इहनूं फिर किदां देखदे? देखो जे बरसात आ तां चिक्कड़ होना ही आ जी बरसात अक्के तां किसे दी रोक नहीं आ जी। हाँ जी हाँ जी प्रधान जी भी कुछ कहना चाहते इस मुद्दे। हाँ जी देखो ये जिहड़े पंजाब दे मुख्यमंत्री सरदार चरण सिंह चन्नी जी आ उन्हां दी बदौलत उन्हां दी सोच सदका जिहड़े सफाई कर्मचारी आ कोई 20-25-30-30 साल उन्हां नूं कमेटियां च काम करदिआं नूं अज सरकार दे सोच दा जरिया वा कि जिहड़ा गरीब आदमी भी जिहड़ा सफाई कर्मचारी एक बहुत बड़ी आस्था ते विश्वास रख्या था कि कदी ना कदी कोई सरकार सानूं पक्कियां करूगियां अज सरदार चरणी सिंह चन्नी जी ने यह सारे सफाई कर्मचारी पक्के कर दते आ। ये सोच आ जी कि छोटे छोटे कामों वाले बिजली के बिल कटा देने पेट्रोल सस्ता कर देना डीजल सस्ता कर देना यूनिटा बिजलियाँ माफ़ कर देनिया करजे 20-30 हज़ार माफ़ कर देने ये अज तक किसी सरकार ने किए नहीं जिन्हें मर्जी मुख्यमंत्री आके गए भला कांग्रेस सरकार भी आला मुख्यमंत्री आके गए आ चाहे विपक्ष में भी आके गए लेकिन ये छोटे छोटे काम जिहड़े ये मुख्यमंत्री साहब ने 111 दिन दे विच एक काम नहीं करके दिखाया ये लोगों ने इस गल का मैसेज दिता जे मैं छोटी छोटी गल का थोड़े लिए सोच सकदा जे मैं वध तुसी समा दोगे मैं थोड़े लिए इतों वधिया होर ज़्यादा भी सोच सकदा। कि हुण दोबारा तुसी चन्नी सिंह चन्नी नूं मुख्यमंत्री बनना देखना चाहते हैं बनाओगे चन्नी नूं मुख्यमंत्री? बिल्कुल जिहड़ी मैं उन्हां दे कामकार तो प्रभावित होकर मैं देखना चाहना कि पंजाब का यहोजा एक आम आदमी मुख्यमंत्री होना चाहिए जिहड़ा गरीब परिवार च उठा हो जिन्हों एहसास हो गरीबी क्या होंगी आ मुख्यमंत्री होना चाहिए साडा जिहड़ा आवाम आ पंजाब का काफ़ी हद तक गरीब आ उन दीआं जिहड़ियां मुश्किलां हल करन वाला पहला मुख्यमंत्री इन्हां लोगों दीआं दवावां सद के फिर पंजाब का मुख्यमंत्री बनन जा रहा। मैं अपने हल्के के लोगों नूं भी यही बेनती करदा कि मौका मिलिया थोनों अपनी गल रखण दा सुणन दा एक आम आदमी जिहड़ा बहुत देर तो हर एक सरकारा कहंदी है कि असीं आम आदमी अज कांग्रेस सरकार ने आम आदमी लिया के पंजाब दे लोकां दे दिलां दे विच अपनी जगह बनाई आ ते लोग मुड़ कांग्रेस की सरकार लैके आण जा रहे आ। प्रधान जी लोग तुसीं चाहुंदे आ लोग चाहुंदे आ कि कांग्रेस की सरकार आवे चन्नी सिंह चन्नी मुख्यमंत्री बन पर जिहड़ी कांग्रेस पार्टी अज तक उन्हां नूं सीएम दा चेहरा नहीं लानी। देखो एक इदां हो सकदा सीएम दा पार्टी जिहड़ी आ वो हर सूबे दे विच इलैक्शन लड़ा रही आ ये कदी नहीं होया करदे कि पार्टी नूं सीएम दा कांग्रेस दा सीएम दे चेहरे बहुत आ महाराज दी कृपा वा ये होर थोड़ा पार्टी है कोई कि कोई अकाली दल उहदे कोल कोई चेहरा वा जां आम आदमी कोल चेहरा नहीं है कांग्रेस दे कोल तां सैकड़े चेहरे हैगे आ जी चेहरे तां हैगे। असीं चन्नी सिंह चन्नी दी गल करदे आ वी उहनां नूं ऐलान देणगे पार्टी अजे लगदी नहीं क्योंकि जद कि बाकी पार्टियां ने सारे चेहरे ऐलान दित्ते ने। देखो गल आ जिसले आवाम की आवाज़ जाती है ना दरबारा से जिहड़े MLA साहबानां नूं भी टिकटां मिलदियां ये भी आवाम की सर्वे आवाज़ा नाल मिलदियां कि कौन MLA की टिकट लैण हर एक चाहता मैं भी MLA बन जावां ये भी चाहते MLA बन जाए लेकिन मिलनी किनूं जिहदा सर्वे होना जिहड़ा आवाम ने आवाज़ देनी आ जां पंजाब दे आवाम ने सरदार चरण सिंह चन्नी दे हक च आवाज़ देनी आ ते जिहड़ी हाई कमांड आ उहनां पे चन्नी दे नां ते मोहर लग जाणी आ। बाकी रही गल किस्मत दी जां किस्मत सारा कुछ पता था कि घर बैठे सरदार चरण सिंह चन्नी ने मुख्यमंत्री बन जाणा जां किस्मत जोरा होवे ते कोई नहीं रोक सकता। इसे तरह चरणजीत चन्नी सरकार वालों पक्के किए गए जो सफाई कर्मचारी वो भी साडे नाल होर मौजूद है कि इन्हां नाल भी गल करदे हां जी बीर जी किदां देखदे हां? मैं अपने वाल्मीकि समाज का
ਪੱਖ ਰੱਖਦਾ ਹੋਇਆ ਚਰਨਜੀਤ ਚੰਨੀ ਜਿਹੜੇ ਸੀ ਐੱਮ ਆ ਸਾਡੇ ਪੰਜਾਬ ਦੇ ਔਰ ਜਿਹੜੇ ਸਾਡੇ ਇੱਥੇ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰਾ ਮੈਂ ਉਹਨਾਂ ਅੱਗੇ ਇਹ ਮੰਗ ਕਰਦਾ ਵਾਂ ਜਿਹੜੇ ਸਾਡੇ ਬਜ਼ੁਰਗ ਮਾਤਾ ਭੈਣਾਂ ਮੇਰੀਆਂ ਭਰਜਾਈਆਂ 28 ਸਾਲ ਤੋਂ ਮਿਹਨਤ ਕਰਦੇ ਆ ਇਸ ਸ਼ਹਿਰ ਦਾ ਸਫਾਈ ਦਾ ਗੰਦ ਦਾ ਜਿਹੜਾ ਕੰਮ ਕਰਦੇ ਆ ਅਸੀਂ ਮੰਗ ਇਹੀ ਕਰਦੇ ਹਾਂ ਵੀ ਜੋ ਵੀ ਠੇਕੇਦਾਰੀ ਸਿਸਟਮ ਇਹ ਖਤਮ ਕੀਤੀ ਜਾਵੇ ਔਰ ਸਾਡੀ ਇਹੀ ਆਸ ਆ ਉਹਨਾਂ ਅੱਗੇ ਵੀ ਪੱਕੇ ਕੀਤੇ ਜਾਣ ਜੋ ਕਿ ਇਹਨਾਂ ਦੀ ਇਨਕਮ ਸੋਰਸ ਜਿਹੜੀ ਵਧੀ ਵਧਣ ਦੇ ਨਾਲ ਇਹਨਾਂ ਦੇ ਬੱਚਿਆਂ ਦਾ ਭਵਿੱਖ ਵਧੀਆ ਹੋਣ ਠੀਕ ਹੈ ਜੀ ਅਤੇ ਹੁਣ ਆਪਾਂ ਦੇਖੀਏ ਵੀ ਹਾਲ ਦੀ ਘੜੀ ਵੈਸੇ ਤਾਂ ਸਰਕਾਰ ਵੱਲੋਂ ਕਿਹਾ ਜਾਂਦਾ ਸੀ ਪੱਕੇ ਕਰ ਦਿੱਤੇ ਤੁਹਾਨੂੰ ਪੱਕੇ ਕਰ ਦਿੱਤਾ ਗਿਆ ਭਰੋਸਾ ਦਿੱਤਾ ਜੀ ਨਹੀਂ ਜੋ ਸਾਡੇ ਸ਼ਹਿਰ ਦੇ ਪ੍ਰਧਾਨ ਜੀ ਆ ਨਰਿੰਦਰ ਕੁਮਾਰ ਟਿੰਕੂ ਘਈ ਇਹਨਾਂ ਨੇ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਹੋਈ ਆ ਔਰ ਸਾਨੂੰ ਪੂਰੀ ਇਹਨਾਂ 'ਤੇ ਉਮੀਦ ਆ ਔਰ ਆਸ ਆ ਅਸੀਂ ਆਸ ਕਰਕੇ ਬੈਠੇ ਹਾਂ ਅੱਜ ਤਾਂ 20 ਸਾਲ ਰਾਜ ਰਹੇ ਆ ਚੌਧਰੀ ਨੰਦ ਲਾਲ ਜਿਹੜੇ ਸਾਡੇ ਪਹਿਲੇ ਵਿਧਾਇਕ ਸੀਗੇ ਤਾਂ ਅਸੀਂ ਉਹਨਾਂ ਅੱਗੇ ਵੀ ਇਹ 2012 ਦੇ ਵਿੱਚ ਅਸੀਂ ਉਹਨਾਂ ਨੂੰ ਮੰਗ ਰੱਖੀ ਸੀ ਪਰ ਸਾਡੀ ਕੋਸ਼ਿਸ਼ ਇਹ ਫੇਲ ਹੋ ਗਈ ਆ ਪਰ ਹੁਣ ਅਸੀਂ ਇਹ ਕੋਸ਼ਿਸ਼ ਅੱਗੇ ਪਰਮਾਤਮਾ ਅੱਗੇ ਆਸ ਕਰਦੇ ਹਾਂ ਵੀ ਪੱਕੇ ਕੀਤੇ ਜਾਣ ਜਾਂ ਤਾਂ ਕਿ ਜਿਹੜੇ ਸਾਡੇ ਆਉਣ ਵਾਲੀ ਸਾਡੀ ਨਸਲ ਆ ਉਹਨਾਂ ਦਾ ਪੜ੍ਹਾਈ ਲਿਖਾਈ ਦਾ ਜਿੱਦਾਂ ਐਜੂਕੇਸ਼ਨ ਆ ਉਹਨਾਂ ਦਾ ਵਧੀਆ ਹੋਵੇ ਤਾਂ ਕਿ ਵਧੀਆ ਸਕੂਲਾਂ 'ਚ ਸਾਡੇ ਬੱਚੇ ਵੀ ਪੜ੍ਹਨ ਅਤੇ ਜਿਸ ਤਰ੍ਹਾਂ ਤੁਹਾਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ ਗਿਆ ਤਾਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਵੀ ਸ਼ਹਿਰ ਦੇ ਵਿੱਚ ਵੀ ਅਸੀਂ ਵਿਕਾਸ ਕੀਤਾ ਆ ਉਸ ਵਿਕਾਸ ਦਾ ਤੁਹਾਨੂੰ ਕਿੰਨਾ ਕੁ ਫਾਇਦਾ ਹੋਇਆ ਦੇਖੋ ਸ਼ਹਿਰ ਦੇ ਵਿੱਚ ਜਿੰਨੇ ਵੀ ਸ਼ਹਿਰ ਵਾਸੀ ਰਹਿੰਦੇ ਵਿਕਾਸ ਦਾ ਫਾਇਦਾ ਹੀ ਹੁੰਦਾ ਜੀ ਸਾਡੇ ਸਕੂਲ ਕਾਲਜ ਹੋਸਪਿਟਲ ਸਾਡੇ ਸ਼ਹਿਰ ਦੇ ਵਿੱਚ ਆ ਸਾਨੂੰ ਉਹਦਾ ਸਹੂਲਤ ਦਾ ਫਾਇਦਾ ਹੀ ਆ ਜੀ ਅਤੇ ਤੁਹਾਨੂੰ ਕੀ ਲੱਗਦਾ ਵੀ ਹੋਰ ਸ਼ਹਿਰ ਦੇ ਵਿੱਚ ਕੀ ਹੋਣਾ ਚਾਹੀਦਾ ਕਿਸ ਤਰ੍ਹਾਂ ਹੋਣਾ ਚਾਹੀਦਾ ਇੱਕ ਇਹ ਮੰਗ ਆ ਸਾਡੀ ਪ੍ਰਧਾਨ ਜੀ ਅੱਗੇ ਅਤੇ ਸਾਡੇ ਜਿਹੜੇ ਚੌਧਰੀ ਆਪਣੇ ਵਿਧਾਇਕ ਮੰਗੂਪੁਰੀ ਜੀ ਵੀ ਬੱਸ ਅੱਡਾ ਆ ਜਾਵੇ ਰੇਲਵੇ ਸਟੇਸ਼ਨ ਆ ਜਾਵੇ ਤਾਂ ਕਿ ਸ਼ਹਿਰ ਵਾਸੀਆਂ ਨੂੰ ਹੋਰ ਵੀ ਜਿੱਦਾਂ ਸਹੂਲਤ ਦੇ ਨਾਲ ਸਾਨੂੰ ਜਿੱਦਾਂ ਬਾਈਪਾਸ 'ਤੇ ਅਸੀਂ ਜਾਂਦੇ ਹਾਂ ਸਾਨੂੰ ਦਿੱਕਤ ਹੁੰਦੀ ਬੱਸ ਅੱਡਾ ਹੋਊਗਾ ਤਾਂ ਉੱਥੇ ਰੁਜ਼ਗਾਰ ਬਣੂਗਾ ਕੋਈ ਕੰਟੀਨ ਖੁੱਲੂ ਕੋਈ ਉੱਥੇ ਗਰੀਬ ਬੰਦਾ ਕੰਮ ਕਰ ਸਕਦਾ ਮਿਹਨਤ ਕਰ ਸਕਦਾ ਜੀ ਠੀਕ ਹੈ ਜੀ ਅਤੇ ਜਿਸ ਤਰ੍ਹਾਂ ਤੁਸੀਂ ਸਫਾਈ ਕਰਮਚਾਰੀ ਹੋ ਇਹ ਦਾਅਵਾ ਕੀਤਾ ਸ਼ਹਿਰ 'ਚ ਜਿਹੜਾ ਸੀਵਰੇਜ ਪਾ ਰਿਹਾ ਟ੍ਰੀਟਮੈਂਟ ਪਲਾਂਟ ਲਾਇਆ ਜਾ ਰਿਹਾ ਤੁਹਾਡੇ ਵਾਸਤੇ ਜਿਹੜੀਆਂ ਹੋਰ ਸਹੂਲਤਾਂ ਜਿਹੜੀਆਂ ਹੁੰਦੀਆਂ ਕੀ ਉਹ ਪੂਰੀਆਂ ਹੈਗੀਆਂ ਜਾਂ ਉਹ 'ਚ ਵੀ ਕੋਈ ਘਾਟ ਹੈਗੀ ਆ ਦੇਖੋ ਸਰ ਸ਼ਹਿਰ ਦੀ ਹੌਲੀ ਹੌਲੀ ਤਰੱਕੀ ਹੁੰਦੀ ਹੁੰਦੀ ਜਦ ਕੋਈ ਵਧੀਆ ਨੇਤਾ ਆਉਂਦਾ ਤਾਂ ਉਹ ਫਿਰ ਆਪਣੇ ਸ਼ਹਿਰ ਬਾਰੇ ਸੋਚਦਾ ਹੀ ਆ ਜੋ ਕਿ ਪ੍ਰਧਾਨ ਜੀ ਨੇ ਇਸ 50 ਸਾਲਾਂ ਦੇ ਵਿੱਚ 4 ਸਾਲ ਉਹਨਾਂ ਦੇ ਹੋ ਗਏ ਉਹਨਾਂ ਨੇ ਬਹੁਤ ਵਿਕਾਸ ਕੀਤਾ ਔਰ ਬਹੁਤ ਹੀ ਇਮਾਨਦਾਰੀ ਦੇ ਨਾਲ ਉਹ ਕੰਮ ਕਰ ਰਹੇ ਆ ਅਸੀਂ ਅੱਗੇ ਵੀ ਅਰਦਾਸ ਕਰਾਂਗੇ ਇੱਦਾਂ ਦਾ ਨੇਤਾ ਸ਼ਹਿਰ ਦੇ ਵਿੱਚ ਆਵੇ ਔਰ ਸ਼ਹਿਰ ਦਾ ਵਿਕਾਸ ਹੋਵੇ ਤਾਂ ਕਿ ਸਾਨੂੰ ਸਾਡੀ ਆਉਣ ਵਾਲੀ ਨਸਲ ਨੂੰ ਦੂਸਰੇ ਸ਼ਹਿਰਾਂ 'ਚ ਨਾ ਜਾਵੇ ਜਾਣ ਦੀ ਬਾਕੀ ਅਸੀਂ ਲੀਡਰ ਨਹੀਂ ਹੈਗੇ ਇਸੇ ਤਰ੍ਹਾਂ ਸਾਡਾ ਇੱਕ ਹੋਰ ਨੌਜਵਾਨ ਹੈਗਾ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਆਪਣੇ 5ਵੇਂ ਵਾਰਡ 'ਚੋਂ ਆਪਾਂ ਗਾਂਧੀ ਸਾਡਾ ਐਮ ਸੀ ਸਰ ਜਿੱਦਾਂ ਆਪਣੇ 5ਵੇਂ ਸਾਰੀ ਗਲੀਆਂ ਸਾਡੀ ਬਣ ਚੁੱਕੀਆਂ 5ਵੇਂ ਵਾਰਡ 'ਚੋਂ ਸਾਡੀ ਲਾਸਟ ਵਾਲੀ ਗਲੀ ਸਾਡੀ ਰਹਿੰਦੀ ਚੁੱਕੀ ਹੈ ਲਾਸਟ ਵਾਲੀ ਉਹਨਾਂ 'ਚ ਲਾਈਟਾਂ ਨਹੀਂ ਲੱਗੀਆਂ ਸਰ ਉਹਨਾਂ 'ਚ ਸਰ ਪੂਰ ਗਲੀ ਨਹੀਂ ਬਲੀ ਕੱਚੀ ਜਾ ਕੇ ਤੁਸੀਂ ਦੇ ਸਕਦੇ ਹੋ ਆਪਣਾ ਕਹਿ ਸਕਦੇ ਆਪਾਂ ਚੰਨੀ ਸਾਹਿਬ ਆਪਣੇ ਮੁੱਖ ਮੰਤਰੀ ਬਣ ਸਕਦਾ ਹੈ ਮੁੱਖ ਮੰਤਰੀ ਆਪਣੇ ਚੰਨੀ ਸਾਹਿਬ ਆਪਣੇ ਐਮ ਐਲ ਏ ਸਾਹਿਬ ਆਪਣੇ ਪੰਜਾਬ ਸੂਬੇ ਦਾ ਬਣ ਸਕਦਾ ਬਣੂਗਾ ਵੀ ਆਪਾਂ ਆਹ ਕਹਿ ਰਹੇ ਹਾਂ 5ਵੇਂ ਵਾਰਡ 'ਚ ਆਪਣੇ ਗਾਂਧੀ ਐਮ ਸੀ ਸਾਡੇ ਹੈਗੇ ਆ 5ਵੇਂ ਵਾਰਡ ਦੇ ਵਿੱਚ ਗਲੀ ਸਾਡੀ ਹੈ ਨਹੀਂ ਬਣੀ ਉਹ ਸਾਡੀ ਲਾਈਟਾਂ ਨਹੀਂ ਬਣੀਆਂ ਸਰ ਜੀ ਤੁਸੀਂ ਆ ਕੇ ਬਾਕੀ ਬਣੀਆਂ ਕਿ ਤੁਹਾਡੇ ਹੋ ਸਰ ਜੀ ਸਾਰੀਆਂ ਬਣ ਚੁੱਕੀਆਂ ਸਾਡੀ ਨਹੀਂ ਬਣੀ ਸਰ ਜੀ ਤੁਹਾਡੀ ਕਿਉਂ ਨਹੀਂ ਬਣੀ ਉਹ ਪਤਾ ਨਹੀਂ ਕੀ ਗੱਲ ਹੈ ਸਰ ਜੀ ਆਪਾਂ ਐਮ ਸੀ ਨੂੰ ਉਹੀ ਗੱਲ ਪੁੱਛ ਸਕਦੇ ਪੁੱਛਣਾ ਜੋ ਕਿਹਨੂੰ ਕਿਹਨੂੰ ਹੁਣ ਤੱਕ ਕਿਹਾ ਆਪਾਂ ਕਿਹਨੂੰ ਕਹਿ ਸਕਦੇ ਆਪਾਂ ਗੌਰਮੈਂਟ ਨੂੰ ਆਪਾਂ ਸਾਰੇ ਚਿੰਨੀ ਸਾਹਿਬ ਆਉਂਦੇ ਪਏ ਆਪਾਂ ਸਾਰੇ ਮੈਂ ਸਾਡੇ ਐਮ ਐਲ ਏ ਸਾਹਿਬ ਤੁਹਾਡੇ ਕੋਲ ਕੋਈ ਆਇਆ ਵੀ ਐਮ ਐਲ ਏ ਸਾਹਿਬ ਜਾਂ ਕੋਈ ਨਹੀਂ ਆਪਣੇ ਕੋਈ ਨਹੀਂ ਆਇਆ ਸਰ ਜੀ ਕਿਉਂ ਆਪਾਂ ਤੁਹਾਡੀ ਗਲੀ ਕਾਹਦੀ ਨਹੀਂ ਬਣੀ ਆਪਾਂ ਸਾਨੂੰ ਕੁਛ ਨਹੀਂ ਪੁੱਛਿਆ ਸਰ ਅੱਜ ਤੱਕ ਕੁਛ ਨਹੀਂ ਪੁੱਛਿਆ ਕੋਈ ਉਹ ਨਾਲੀਆਂ ਵੀ ਨਹੀਂ ਬਣੀਆਂ ਵਾ ਨਾਲੀਆਂ ਵੀ ਕੱਚੀਆਂ ਰਹਿ ਰਹੀਆਂ ਸਰ ਅੰਦਰ ਕੂੜਾ ਫਸ ਰਿਹਾ ਅੰਦਰ ਗੰਦ ਫਸ ਰਿਹਾ ਲਿਫਾਫੇ ਫਸ ਰਿਹਾ ਦਾਅਵੇ ਕੀਤੇ ਰਿਹਾ ਸਰਕਾਰ ਵੱਲੋਂ ਵੀ ਪ੍ਰਧਾਨ ਵੱਲੋਂ ਵੀ ਸਾਰੀਆਂ ਜਿਹੜਾ ਵਿਕਾਸ ਹੋ ਗਿਆ ਕੋਈ ਰਹਿੰਦੀ ਨਹੀਂ ਕੱਚੀ ਨਾ ਨਾ ਸਰ ਜੀ ਸਾਡੀ ਗਲੀ ਜਾ ਕੇ ਦੇ ਸਕਦੇ ਹੋ ਸਰ ਪੂਰੀ ਕੱਚੀ ਗਲੀ ਹੈ ਲਿਫਾਫੇ ਫਸੇ ਹੋਏ ਆ ਲਾਈਟਾਂ ਸਾਡੀਆਂ ਦੇਖ ਲਓ ਲਾਈਟਾਂ ਪੂਰੀ ਗਲੀ 'ਚ ਨਹੀਂ ਰਾਤ ਨੂੰ ਆ ਕੇ ਦੇ ਸਕਦੇ ਹੋ ਕੋਈ ਲਾਈਟ ਨਹੀਂ ਹੈਗੀ ਅੰਧੇਰੇ 'ਚ ਆਪਾਂ ਬੱਚੇ ਪਏ ਆ ਸਾਡੇ ਪਰਿਵਾਰ ਪਏ ਆ ਅੰਧੇਰੇ 'ਚ ਆਪਾਂ ਦੇਖ ਲਓ ਜਾ ਕੇ ਹੁਣ ਤੁਸੀਂ ਦੇਖ ਸਕਦੇ ਹੋ ਸਰ ਆਪਾਂ ਤੁਸੀਂ ਆਪ ਦੇਖ ਸਕਦੇ ਹੋ ਆਪਾਂ ਨਹੀਂ ਦੇਖ ਆਪਾਂ ਕਹਿ ਨਹੀਂ ਸਕਦੇ ਤੁਸੀਂ ਆਪ ਦੇਖ ਸਕਦੇ ਹੋ ਸਾਡੀ ਗਲੀ ਕੱਚੀ ਹੈ ਲਿਫਾਫੇ ਫਸੇ ਆ ਉਹ 'ਚ ਗਲੀਆਂ ਦੇਖ ਲਓ ਕਿੱਦਾਂ ਕਿੱਦਾਂ ਕੱਢ ਕੇ ਗੰਦ ਅਸੀਂ ਕੱਢ ਕੇ ਰਾਤ ਨੂੰ ਪਾਣੀ ਕੱਢ ਕੇ ਤਾਂ ਸੁਣਦੇ ਆਪਾਂ ਰਾਤ ਨੂੰ ਸਰ ਜੀ ਫਿਰ ਕੀ ਚਾਹੁੰਦੇ ਆ ਵੀ ਤੁਹਾਡਾ ਨੇਤਾ ਕੌਣ ਬਣੇ ਤਾਂ ਤੁਹਾਡਾ ਹੱਲ ਹੋ ਸਕੇ ਆਪਾਂ ਤਾਂ ਆਪਾਂ ਚੰਨੀ ਸਾਹਿਬ ਨੂੰ ਕਹਿ ਰਹੇ ਠੀਕ ਹੈ ਸਰ ਆਪਾਂ ਗਾਂਧੀ ਸਾਹਿਬ ਸਾਡੇ ਐਮ ਸੀ ਸਾਹਿਬ ਹੈ ਸਾਡੇ ਮਹੱਲੇ ਦੇ ਉਹਨੂੰ ਕਹਿ ਸਕਦੇ ਆਪਾਂ ਸਾਡੇ ਕਰੋ ਹੱਲ ਕੋਈ ਚੀਜ਼ ਜੀ ਪੱਕੀ ਗਲੀ ਬਣਾਓ ਪੱਕਾ ਆਪਾਂ ਸਾਡੇ ਲਾਈਟਾਂ ਸਾਡੀ ਗਲੀ 'ਚ ਲਗਾਓ ਸਰ ਜੀ ਆਪਾਂ ਇਹੀ ਕਹਿ ਸਕਦੇ ਆਪਾਂ ਵੋਟਰ ਨੂੰ ਪਾਏ ਆ ਅਤੇ ਕਰ ਸਕਦੇ ਆ ਠੀਕ ਹੈ ਜੀ ਹਾਂਜੀ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਚਾਹੁੰਦੀ ਹੈਗੀ ਬੇਸ਼ੱਕ ਜਾ ਕੇ ਮੌਕਾ ਦੇਖੋ ਮੇਰਾ ਕਿੱਥੋਂ ਤੁਹਾਡਾ ਘਰ ਕਿੱਥੇ ਆ ਜੀ ਕਿੱਥੋਂ
ਅਸੀਂ ਦੋ ਤਿੰਨ ਵਾਰੀ ਫਾਰਮ ਭੇਜੇ ਆ, ਸਾਨੂੰ ਕੋਈ ਪੈਸਾ ਕੋ ਨਹੀਂ ਆਇਆ। ਕਾਹਦੇ ਫਾਰਮ ਕਾਹਦੇ ਭੇਜੇ ਮਾਤਾ ਜੀ? ਗਾਰਡਨ ਵਾਲਿਆਂ ਦੇ। ਅੱਛਾ। ਉਹ ਜਿਹੜੇ ਪੱਕੇ ਮਕਾਨ ਬਣਦੇ ਆ ਸਾਡਾ ਕੋਈ, ਅਸੀਂ ਚਾਰ ਘਰ ਹੈਗੇ, ਚੌਹਾਂ ਘਰਾਂ ਦਾ ਜਾ ਕੇ ਦੇਖ ਲਓ, ਜਿੱਦਾਂ ਘਰ ਅੰਦਰ ਹੈ ਬਾਹਰ ਹੈ ਇੱਦਾਂ ਅੰਦਰ ਹੈਗਾ। ਪਰ ਮਾਤਾ ਜੀ, ਸਰਕਾਰ ਵੱਲੋਂ ਤਾਂ ਕਿਹਾ ਜਾ ਰਿਹਾ ਵੀ ਜਿਨ੍ਹਾਂ ਦੇ ਮਕਾਨ ਗਾਰਡਨ ਵਾਲੇ ਪੱਕੇ ਆ ਉਹ ਸਾਨੂੰ ਭਰ ਕੇ ਦਿਓ ਤੇ ਅਸੀਂ ਜਿਹੜੇ ਉਹਨਾਂ ਦੇ ਮਕਾਨਾਂ ਪੱਕੇ ਬਣਾ ਕੇ ਦੇਵਾਂਗੇ। ਅਸੀਂ ਜੀ ਚਾਰ ਚਾਰ ਵਾਰੀ ਭੇਜੇ ਆ, ਅਸੀਂ ਚਾਰ ਚਾਰ ਵਾਰੀ ਭੇਜੇ ਜਾ ਕੇ ਮੌਕਾ ਦੇਖੋ, ਸਾਡਾ ਸਰਕਾਰ ਆ ਕੇ ਮੌਕਾ ਦੇਖੇ। ਕਿੰਨਾ ਚਿਰ ਹੋ ਗਿਆ ਤੁਹਾਨੂੰ ਭੇਜਦਿਆਂ ਨੂੰ ਜੀ? ਆਪਣੇ ਦਾਦਰ ਬਣਿਆ ਸੀਗਾ ਦਰਸ਼ਨ ਜਦ ਭੇਜੇ ਆ, ਹੁਣ ਪਿੱਛੇ ਜਿਹਾ ਜਦ ਕਹਿੰਦੇ ਸੀਗੇ ਫਾਰਮ ਭਰ ਕੇ ਭੇਜੋ, ਫਾਰਮ ਭਰ ਕੇ ਭੇਜੋ, ਅਸੀਂ ਜਦ ਦਿੱਤੇ ਆ। ਮੁੱਖ ਮੰਤਰੀ ਚਰਨਜੀਤ ਸਿੰਘ ਜੀ ਚੰਨੀ ਦੀ ਬਲਾਚੌਰ ਵਰਕਰ ਮਿਲਣੀ ਤੋਂ ਬਾਅਦ ਸਾਡੇ ਨਾਲ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਜੀ ਮੌਜੂਦ ਹੈਗੇ ਨੇ। ਚੌਧਰੀ ਸਾਹਿਬ, ਕਿੱਦਾਂ ਦੇਖਦੇ ਆ ਅੱਜ ਦੀ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਫੇਰੀ ਨੂੰ ਜੀ? ਅੱਜ ਚਰਨਜੀਤ ਚੰਨੀ ਜੀ ਨੇ ਮੇਰੇ ਘਰ ਆਉਣਾ ਸੀਗਾ ਚਾਹ ਦਾ ਕੱਪ ਪੀਣ। ਵਰਕਰਾਂ ਨੇ ਕਿਹਾ ਸੀ, ਵਰਕਰ ਮੀਟਿੰਗ ਵੀ ਰੱਖੀ ਸੀਗੀ, ਬੜਾ ਉਤਸ਼ਾਹ ਬੜਾ ਹੋਰ ਹੈ। ਆਪਣੇ ਦਾਣਾ ਮੰਡੀ ਦੇ ਵਿੱਚ ਤਾਂ ਹੈ ਹੀ ਹੈ, ਅਸੀਂ ਜਦੋਂ ਕੁੰਗਲਾ ਪੁਲ ਤੋਂ ਚੱਲੇ ਹਾਂ ਰਾਹ ਦੇ ਵਿੱਚ 6-7 ਜਗ੍ਹਾ ਜਿਹੜਾ ਹੈ ਲੋਕਾਂ ਨੇ ਬਹੁਤ ਭਰਵਾਂ ਸਵਾਗਤ ਕੀਤਾ ਹੈ, ਲੋਕਾਂ 'ਚ ਐਡਾ ਉਤਸ਼ਾਹ ਹੈ। 20 ਤਰੀਕ ਦੀ ਉਡੀਕ ਕਰ ਰਹੇ ਹਾਂ ਵੀ ਕਦੋਂ ਵੀ ਅਸੀਂ ਜਿਹੜਾ ਹੈਗਾ ਹੈ ਕਾਂਗਰਸ ਦੇ ਜਿਹੜਾ ਹੈਗਾ ਉਸ ਦਿਨ ਜਿਹੜਾ ਹੈਗਾ ਹੱਥ ਪੰਜੇ ਦਾ ਬਟਨ ਦਵਾ ਕੇ ਕਾਂਗਰਸ ਦਾ ਇੱਥੋਂ MLA ਬਣਾ ਕੇ ਅਸੀਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਾਂ। ਲੋਕਾਂ ਦਾ ਬਹੁਤ ਉਤਸ਼ਾਹ ਹੈ। ਅਤੇ ਦੇਖੀਏ ਜਿਸ ਤਰ੍ਹਾਂ ਅੱਜ ਮਿਲਣੀ ਸੀਗੀ, ਕਿੱਦਾਂ ਦਾ ਲੋਕਾਂ ਦਾ ਹੁਣ ਮਿਲਣੀ ਤੋਂ ਬਾਅਦ ਉਤਸ਼ਾਹ ਕਿੱਦਾਂ ਦਾ ਰਿਹਾ ਅਤੇ ਕਿੱਦਾਂ ਦੇਖਦੇ ਆ ਤੁਸੀਂ ਆਪਣੀ ਚੋਣ ਮੁਹਿੰਮ ਨੂੰ ਜੀ? ਤੁਸੀਂ ਅੱਜ ਦੇਖ ਲਓ ਤੁਹਾਡੇ ਕਿੱਡਾ ਵੱਡਾ ਲੋਕਾਂ ਦੇ ਉਤਸ਼ਾਹ, ਵੀ ਮੀਂਹ ਲੱਗਦਾ, ਮੀਂਹ ਦੇ ਵਿੱਚ ਵੀ ਇੱਕ ਬੰਦਾ ਵੀ ਉੱਠਿਆ ਨਹੀਂ। ਜਦੋਂ ਬਾਜ਼ਾਰ ਵਿੱਚ ਮੈਂ ਦੱਸਦਾ ਉੱਥੇ ਬੜੀ ਜ਼ੋਰ ਨਾਲ ਬਾਰਿਸ਼ ਪੈ ਰਹੀ ਸੀ, ਲੋਕ ਇੱਕਦਮ ਖੜ੍ਹੇ ਰਹੇ ਕਿ ਚੰਨੀ ਆਉਣ ਦਾ ਐਡਾ ਵੱਡਾ ਸਵਾਗਤ, ਐਡੀ ਖੁਸ਼ੀ ਮਹਿਸੂਸ ਕੀਤੀ ਹੈ ਕਿ ਉਹਨੇ ਹਰੇਕ ਵਰਗ ਨੂੰ ਜਿਹੜਾ ਹੈਗਾ ਸਾਰਿਆਂ ਦਾ ਪੱਖ ਪੂਰ ਕੇ, ਜਿਸ ਤਰ੍ਹਾਂ ਉਹ ਪਾਣੀ ਦੇ ਬਿੱਲ ਸੀਗੇ ਉਹ ਮਾਫ਼ ਕਰਤੇ, ਪਾਣੀ ਦਾ ਬਿੱਲ ਤਾਂ ਹੁਣ ਸਾਰਿਆਂ ਨੇ, ਅਮੀਰ ਨੇ ਵੀ ਪੀਣਾ, 50 ਰੁਪਏ ਕਰਤੇ ਸਾਰਿਆਂ ਦੇ। ਇਸੀ ਤਰ੍ਹਾਂ ਸਾਡੇ ਸੁਸਾਇਟੀਆਂ ਦੇ ਬਿੱਲ, ਕਹਿਣ ਦਾ ਭਾਵ ਮੇਰਾ ਹੈਗਾ ਚਾਹੇ ਅਮੀਰ ਆਦਮੀ ਸੀਗਾ ਜਿੱਦਾਂ GST ਸੀਗਾ, 1 ਟਾਈਮ ਸੈਟਲਮੈਂਟ ਕਰਕੇ ਉਹਨਾਂ ਨੂੰ ਵੀ ਮਾਫ਼ ਕਰਤਾ, ਉਹਨਾਂ ਨੇ ਹਰੇਕ ਵਰਗ ਦਾ ਸੋਚਿਆ। ਲੋਕ ਇਹਨੂੰ ਆਉਣ ਵਾਲਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੈ ਤਾਂ ਕਿ ਪੰਜਾਬ ਦੀ ਜਿਹੜੀ ਹੈਗੀ ਮੁਹਾਰ ਬਦਲ ਸਕੇ। ਜਿੱਦਾਂ ਤੁਸੀਂ ਕਹਿ ਰਹੇ ਵੀ ਲੋਕ ਚਾਹੁੰਦੇ ਆ ਉਹਨਾਂ ਨੂੰ ਮੁੱਖ ਮੰਤਰੀ ਦੇਖਣਾ, ਪਰ ਦੇਖੀਏ ਤਾਂ ਜਿਹੜਾ ਪਾਰਟੀ ਵੱਲੋਂ ਹਜੇ ਤੱਕ ਉਹਨਾਂ ਨੂੰ CM ਦਾ ਜਿਹੜਾ ਚਿਹਰਾ ਨਹੀਂ ਐਲਾਨਿਆ ਗਿਆ ਜੀ। ਦੇਖੋ ਮੇਰੀ ਗੱਲ ਸੁਣ, ਚਾਹੇ ਪਾਰਟੀ ਇੱਕ, ਵੈਸੇ ਤਾਂ ਇਹਨਾਂ ਦਾ ਪਹਿਲਾਂ ਤੋਂ ਰਿਹਾ ਵੀ MLA, ਪਰ ਲੋਕਾਂ ਦੇ ਵਿੱਚ ਮੈਂ ਜਿਹੜਾ ਰੁਝਾਨ ਤੁਹਾਨੂੰ ਦੱਸਦਾ, ਉਤੋਂ ਇਹਨਾਂ ਨੇ 111 ਦਿਨ ਦੇ ਵਿੱਚ ਬਹੁਤ ਵੱਡਾ ਪੰਜਾਬ ਦੇ ਲਈ ਕੰਮ ਕੀਤਾ ਹੈ। ਉਹਦੇ ਲਈ ਲੋਕ ਚਾਹੁੰਦੇ ਹੈ ਵੀ ਆਉਣ ਵਾਲਾ ਜਿਹੜਾ CM ਹੈ ਚਰਨਜੀਤ ਚੰਨੀ ਮੁੱਖ ਮੰਤਰੀ। ਦੇਖੀਏ ਪਿਛਲੀ ਵਾਰ ਤੁਸੀਂ ਗੱਲ ਕੀਤੀ ਵੀ ਕਾਂਗਰਸ ਨੇ ਜਿਹੜਾ ਕੈਪਟਨ ਸਾਹਿਬ ਨੂੰ ਇਹ ਗੱਲ ਕਰ ਚੱਲੀ ਗੱਲ ਵਾਲੀ, ਹੁਣ ਚੰਨੀ ਸਾਹਿਬ ਲਈ ਵੀ ਮਸ਼ਹੂਰ ਹੈਗਾ, ਕੈਪਟਨ ਸਾਹਿਬ ਲਈ ਪਹਿਲਾਂ ਕੈਪਟਨ ਸਾਹਿਬ ਨੂੰ ਚਿਹਰਾ ਐਲਾਨ ਕੇ ਕੀਤਾ ਸੀਗਾ, ਪਰ ਇਸ ਵਾਰ ਜਿਹੜੇ ਲੱਗਦੇ ਆ ਵੀ 4-5 ਚਿਹਰੇ ਲੱਗਦੇ, ਉਹਨਾਂ 'ਚ ਫਾਈਨਲੀ ਕੁਛ ਵੀ ਹੋ ਰਿਹਾ ਜੀ? ਨਹੀਂ ਨਹੀਂ, ਦੇਖੋ ਜੇ ਇਸ ਤਰ੍ਹਾਂ ਦੇ ਮੈਂ ਤੁਹਾਨੂੰ ਸਹੀ ਦੱਸਾਂ, ਬੜੇ ਕਾਬਲ ਜਿਹੜੇ ਹੈਗੇ ਮਿਨਿਸਟਰ ਜਾਂ ਮੁੱਖ ਮੰਤਰੀ ਦੇ ਕਾਬਲ ਹੈ, ਪਰ ਲੋਕਾਂ ਨੇ ਚੰਨੀ 'ਤੇ ਇਸ ਤਰ੍ਹਾਂ ਵਿਸ਼ਵਾਸ ਕੀਤਾ, ਇਹਨੇ ਹਰੇਕ ਵਰਗ ਦੇ ਲਈ ਜਿਹੜੀ ਮਦਦ ਕੀਤੀ ਹੈ, ਹਰੇਕ ਵਰਗ ਦਾ ਸੋਚਿਆ, ਇਸ ਕਰਕੇ ਲੋਕ ਜਿਹੜੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚਾਹੁੰਦੇ ਆ। ਚੌਧਰੀ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਮੌਸਮ ਨੇ ਵੀ ਮਿਜਾਜ ਬਦਲਿਆ ਹੋਇਆ, ਚੋਣਾਂ ਦੇ ਮੌਸਮ ਨੂੰ ਤੁਸੀਂ ਹੁਣ ਕਿੱਦਾਂ ਦੇਖਦੇ ਆ ਆਪਣੇ ਹਲਕੇ 'ਚ ਜਾਂ ਪੰਜਾਬ ਦੀ ਵੀ ਗੱਲ ਕਰੀਏ? ਮੈਂ ਅੱਜ ਚਾਂਦਪੁਰ ਰੁੜਕੀ ਜਿਹੜਾ ਹੈਗਾ ਉੱਥੇ ਲੋਕਾਂ ਦੇ ਕੋਲ ਗਿਆ ਸੀਗਾ, ਪਰ ਉਹਨਾਂ ਨੇ ਐਡਾ ਭਰਮਾ ਇਕੱਠ ਕਰਕੇ ਮੈਨੂੰ ਐਡਾ ਸਬੂਤ ਦਿੱਤਾ ਹੈ ਕਿ ਉਹ 20 ਤਰੀਕ ਦੀ ਉਡੀਕ ਕਰ ਰਹੇ ਹਾਂ ਤਾਂ ਕਿ ਅਸੀਂ 20 ਤਰੀਕ ਨੂੰ ਜਿਹੜਾ ਹੈਗਾ ਹੱਥ ਪੰਜੇ ਦੇ ਬਟਨ ਦਬਾ ਕੇ ਮੈਨੂੰ ਕਾਮਯਾਬ ਕਰਨ। ਮੈਂ 5 ਸਾਲ ਦੇ ਵਿੱਚ ਲੋਕਾਂ ਦੇ ਕੰਮ ਕੀਤੇ, ਵਿਕਾਸ ਕੀਤਾ, ਲੋਕ ਜਿਹੜੇ ਵੋਟ ਪਾਉਂਦੇ ਵਿਕਾਸ ਨੂੰ ਪਾਉਂਦੇ। ਮੇਰੇ ਪਾਸ ਸਰਪੰਚ ਜਤਿੰਦਰ ਜੀ ਖੜ੍ਹੇ ਹੈ ਦਿਆਲਾ ਤੋਂ, ਇਹਨਾਂ ਨੇ ਇੱਕ ਮੇਰੇ ਨਾਲ ਵਾਅਦਾ ਕੀਤਾ ਸੀਗਾ, ਨਹੀਂ ਮੈਂ ਇਹਨਾਂ ਨਾਲ ਵਾਅਦਾ ਕੀਤਾ ਸੀਗਾ ਵੀ ਕੁੱਕੜ ਮਜਾਰੇ ਤੋਂ ਲੈ ਕੇ 18 ਫੁੱਟੀ ਮਹਿੰਦਪੁਰ ਤੱਕ ਜਿਹੜੀ ਸੜਕ ਬਣਾ ਦੂੰਗਾ। ਚੇਅਰਮੈਨ ਸਾਹਿਬ ਵੀ ਬੈਠ ਸੀਗੇ, ਸਾਰਿਆਂ ਨੂੰ ਭਰੋਸਾ ਨਹੀਂ ਰਿਹਾ ਵੀ ਪਤਾ ਨਹੀਂ ਬਣਨੀ ਨਹੀਂ ਹੈ, ਅਸੀਂ ਉਹ 18 ਫੁੱਟੀ ਦੇਖੋ ਉੱਚ ਪੱਧਰ 'ਤੇ ਜਿਹੜੀ ਉਹ ਬਣਦੀ ਜਾ ਰਹੀ। ਮੈਂ ਜੋ ਵਾਅਦਾ ਕੀਤਾ ਲੋਕਾਂ ਨਾਲ ਉਹ ਸਾਰੇ ਵਾਅਦੇ ਪੂਰੇ ਕਰ ਦਿੱਤੇ।
ਜਸਤਰ ਚੌਧਰੀ ਸਾਹਿਬ ਗੱਲ ਕਰ ਲਈਏ, ਤੁਸੀਂ ਆਪਣੀ ਪਾਰਟੀ ਵੱਲੋਂ ਪਹਿਲਾਂ ਆਮ ਤੌਰ 'ਤੇ ਹੁੰਦਾ ਸੀਗਾ ਵੀ ਅਕਾਲੀਆਂ ਅਤੇ ਕਾਂਗਰਸੀਆਂ ਦਾ ਮੁਕਾਬਲਾ ਹੁੰਦਾ ਸੀਗਾ, ਦੋ ਕੁ ਪਾਰਟੀ ਪਿਛਲੀ ਵਾਰ 3 ਹੋ ਗਈਆਂ, ਇਸ ਵਾਰ ਤਾਂ ਲੱਗਦਾ ਵੀ 5 ਪਾਰਟੀਆਂ ਮੈਦਾਨ ਦੇ ਵਿੱਚ ਹੈਗੀਆਂ, ਤਾਂ ਇਹਨੂੰ ਕਿੱਦਾਂ ਦੇਖਦੇ ਆ ਸਾਰੇ? ਦੇਖੋ ਬਈ, ਗੱਲ ਸੁਣੋ, ਲੋਕ ਬੜੇ ਹੁਣ ਸਮਝਦਾਰ ਹੈ, ਪੜ੍ਹੇ ਲਿਖੇ ਹੈ, ਬੜੇ ਸੂਝਵਾਨ ਨੇ, ਲੋਕ ਹੁਣ ਵਿਕਾਸ ਚਾਹੁੰਦੇ। ਉਹ ਜ਼ਮਾਨਾ ਚਲੇ ਗਿਆ ਵੀ ਤੁਸੀਂ ਇੱਕ ਨੇ ਕਹਿ ਤਾਂ ਸਾਰਿਆਂ ਨੇ ਵੋਟਾਂ ਉੱਥੇ ਪਾ ਦਿੱਤੀਆਂ, ਹੁਣ ਲੋਕ ਵਿਕਾਸ ਦਾ ਦੇਖਦੇ, ਵਿਕਾਸ ਦੇ ਮੁੱਦੇ 'ਤੇ ਵੋਟ ਪਾਉਣੇ। ਜਿਸ ਤਰ੍ਹਾਂ ਮੇਰਾ ਵੇਟ ਏਰੀਆ ਸੀਗਾ, ਇਹਦੇ ਵਿੱਚ ਇੱਕ ਵੀ ਸਕੂਲ ਅਪਗ੍ਰੇਡ ਨਹੀਂ ਤਾ 12ਵੀਂ ਤੱਕ, ਤਾਂ ਅੱਜ ਮੈਂ ਜਿਹੜੇ ਸਕੂਲ ਹੈ, ਇੱਕ ਨਹੀਂ, ਦੋ ਨਹੀਂ, 5 ਸਕੂਲ ਜਿਹੜੇ ਹੈ 12ਵੀਂ ਤੱਕ ਅਪਗ੍ਰੇਡ ਕਰਾਏ, 2 ਸਕੂਲ ਜਿਹੜੇ 10ਵੀਂ ਤੱਕ। ਇਹ ਪੂਰੇ ਪੰਜਾਬ ਵਿੱਚੋਂ 1 ਨੰਬਰ 'ਤੇ ਜਿਹੜਾ ਬੜਾ ਚੌਧਰੀ, ਜਿਹਨਾਂ ਸਕੂਲ ਅਪਗ੍ਰੇਡ ਹੋਏ। ਜਿਸ ਤਰ੍ਹਾਂ ਚੌਧਰੀ ਸਾਹਿਬ, ਤੁਸੀਂ ਵਿਕਾਸ ਦੇ ਮੁੱਦੇ 'ਤੇ ਤੁਸੀਂ ਵੀ ਚੋਣ ਲੜਨ ਦੀ ਗੱਲ ਕਰਦੇ ਆ, ਪਾਰਟੀ ਵੀ ਕਰਦੀ ਆ, ਤੁਸੀਂ ਤਾਂ ਇੱਕ ਟੋਕੇ ਵੀ ਕਹਿੰਦਾ ਵੀ ਭਾਈ ਜੇ ਵਿਕਾਸ ਕੀਤਾ ਤਾਂ ਵੋਟ ਪਾ ਦਿਓ, ਜਿੱਦਾਂ ਤੁਸੀਂ ਕਿਹਾ ਹੀ ਆ, ਅਤੇ ਇਸੇ ਤਰ੍ਹਾਂ ਪਰ ਆਪਾਂ ਦੇਖੀਏ ਤਾਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਜਿਹੜੇ ਵਿਰੋਧੀ ਆ ਤੁਹਾਨੂੰ ਘੇਰਦੇ ਨਜ਼ਰ ਆਉਂਦੇ ਆ, ਉਹ ਕਹਿੰਦੇ ਵੀ ਇੱਥੇ ਤੱਕ ਕਿ ਤੁਹਾਡੀ ਆਪਣੀ ਪਾਰਟੀ ਦੇ ਲੋਕ ਵੀ ਜਿਹੜੇ ਤੁਹਾਡੇ ਨਾਲ ਨਾਰਾਜ਼ ਹੈਗੇ, ਤਾਂ ਮੰਨਦੇ ਵੀ ਵਿਕਾਸ ਹੋਇਆ, ਪਰ ਕਹਿੰਦੇ ਦਿਸ਼ਾਹੀਨ ਵਿਕਾਸ ਹੋਇਆ ਜੀ। ਨਹੀਂ, ਮੈਨੂੰ ਤਾਂ ਉਹਨਾਂ ਨੂੰ ਪਤਾ ਨਹੀਂ, ਜਾਂ ਤਾਂ ਹੁਣ ਮੈਂ ਆਪਣੇ ਰਾਣਾ ਜੀ ਦੀ ਡਿਊਟੀ ਲਾਉਣਾ, ਕੋਈ ਕੈਂਪ ਲਵਾ ਕੇ ਵੀ ਅੱਖਾਂ ਦਾ ਉਹਨਾਂ ਨੂੰ ਜਿਹੜੇ ਚਸ਼ਮੇ ਲਵਾ ਦੀ, ਜਿਹੜਾ ਨਜ਼ਰ ਨਹੀਂ ਆਉਂਦਾ। ਪਹਿਲਾਂ ਤੁਸੀਂ ਦੇਖੋ, ਤੁਸੀਂ ਜੰਪਲ ਇੱਥੇ ਦੇ ਹੈ, ਜਦੋਂ ਤੁਸੀਂ ਗੜਸ਼ੰਕਰ ਰੋਡ ਨੂੰ ਜਾਂਦੇ ਸੀਗੇ ਤੁਹਾਡੀਆਂ ਗੱਡੀਆਂ ਡੁੱਬ ਜਾਂਦੀਆਂ ਸੀਗੀਆਂ, ਜਦੋਂ ਤੁਸੀਂ ਕੰਗਣਾ ਪੁਲ ਨੂੰ ਜਾਂਦੇ, ਕੰਗਣਾ ਜਾਂਦੇ ਚੰਡੀਗੜ੍ਹ ਰੋਡ ਨੂੰ, ਤੁਹਾਡੀ ਜਿੱਥੇ ਏਜੰਸੀ ਸੀਗੀ ਉੱਥੇ ਤੁਹਾਡੀਆਂ ਗੱਡੀਆਂ ਡੁੱਬ ਜਾਂਦੀਆਂ ਸੀਗੀਆਂ, ਜਦੋਂ ਹੁਣ ਤੁਸੀਂ ਜਾਂਦੇ ਸੀਗੇ ਸੁੱਧੇ ਮਾਜਰੇ ਨੂੰ, ਬਹੁਤ ਬੁਰਾ ਹਾਲ ਸੀਗਾ। ਜਿਹੜੀ ਇਹ ਬਲਾਚੌਰ ਤੋਂ ਸੜਕ ਗਈ ਹੈ ਨੂਰਪੁਰ ਬੇਦੀ ਨੂੰ, ਇਹਦਾ ਵੀ ਹਾਲ ਮੰਦਾ ਸੀ। ਤੁਸੀਂ ਇੱਕ ਵੀ ਦੱਸੋ, ਜਿਸ ਇਲਾਕੇ 'ਤੇ ਸੜਕ ਨਹੀਂ ਹੈ, ਜੇ ਤੁਹਾਡੇ ਘਰ ਨੂੰ ਗਲੀ ਨਹੀਂ ਹੈ ਪੱਕੀ, ਤੁਹਾਡੇ ਘਰ ਦਾ ਹੀ ਨਹੀਂ ਵਿਕਾਸ ਹੋ ਸਕਦਾ। ਜਦੋਂ ਬਰਸਾਤ ਪੈਣੀ ਹੈ, ਜੇ ਕੱਚੀ ਹੋਊ ਤਾਂ ਤੁਸੀਂ ਪੈਦਲ ਵੀ ਜਾ ਨਹੀਂ ਸਕਦੇ। ਇਸ ਕਰਕੇ ਪਹਿਲੇ ਸੜਕ ਬਣਾਉਣੀ ਜ਼ਰੂਰੀ ਹੈ। ਫਿਰ ਮੈਨੂੰ ਉਹ ਦੱਸਣ ਦਾ ਸਹੀ, ਉਹਨਾਂ ਨੇ ਕਿਆ ਵਿਕਾਸ ਕੀਤਾ? ਮੈਂ ਵਿਕਾਸ ਜਿਹੜਾ ਹੈ ਕੋਲਜ ਲੈ ਕੇ ਆਇਆ, ITI ਲੈ ਕੇ ਆਇਆ, ਸੜਕਾਂ ਬਣਾਈਆਂ, ਪਿੰਡਾਂ ਦੀ ਨੁਹਾਰ ਬਦਲੀ, ਸ਼ਹਿਰ ਦੀ ਨੁਹਾਰ ਬਦਲੀ, ਜੋ ਸ਼ਹਿਰ ਵਿੱਚ ਚਾਹੀਦਾ ਸੀਗਾ। ਮੈਂ ਹੁਣ 2-3 ਟੂਬੇ ਲੈ ਕੇ ਆਇਆ, ਇੱਕ ਜਿਹੜਾ ਵਾਰਡ ਨੰਬਰ 1 'ਚ, ਇੱਕ ਸੱਤ ਸਾਹਿਬ ਕਲੋਨੀ ਅਤੇ ਇੱਕ ਮਾਡਲ ਟਾਊਨ, 12 ਕਰੋੜ ਰੁਪਇਆ ਜਿਹੜਾ ਅਸੀਂ ਉੱਥੇ ਖਰਚ ਗਏ। ਇਹ ਪਤਾ ਨਹੀਂ ਹੁਣ ਵਿਕਾਸ ਕਿਹਨੂੰ ਚਾਹੁੰਦੇ, ਹੁਣ ਚਿੱਟਾ ਵੇਚਣ ਵਾਲੇ ਨੂੰ ਜ਼ਿਆਦਾ ਵਿਕਾਸ ਚਾਹੁੰਦੇ ਹਾਂ? ਅਸੀਂ ਚਿੱਟਾ ਵੇਚਣਾ ਜਿਹੜਾ ਬੰਦ ਕੀਤਾ, ਤੇਰੇ ਸਾਹਮਣੇ ਹੁਣ ਮਜੀਠੀਆ ਕਿੱਦਾਂ ਘੁੰਮਦਾ ਸੀਗਾ, ਘੁੰਮਦਾ ਹੀ ਰਿਹਾ ਜੀ, ਉਹਨੂੰ ਫੜਿਆ ਕਿਸੇ ਨੇ ਨਹੀਂ, ਜਿਹੜੇ ਦਾਅਵੇ ਕਿ ਤੁਸੀਂ ਵੀ ਕਰਦੇ ਰਹੇ ਹਾਂ, ਖਾਸ ਕਰਕੇ ਦਾਅਵੇ ਪਰ ਫੜਿਆ ਕਿਸੇ ਨੇ? ਮੈਂ ਤਾਂ ਕਹਿੰਦਾ ਇੰਨਾ ਹੀ ਬਹੁਤ, ਜਿਹੜਾ ਕਿ ਇੱਕ ਵਾਰੀ 1.5 ਮਹੀਨਾ ਉਹ ਲੱਭਿਆ ਤਾਂ ਨਹੀਂ ਹੈਗਾ। ਤੁਸੀਂ ਇੱਕ ਗੱਲ ਦੱਸੋ, ਉਹਨੂੰ ਤਾਂ ਹੰਕਾਰਿਆ ਸੀਗਾ, ਕਿੱਦਾਂ ਭਾਸ਼ਣ ਦਿੰਦਾ ਸੀਗਾ। ਅੱਜ ਤੁਸੀਂ ਦੇਖੋ, ਹਾਈਕੋਰਟ 'ਤੇ ਜ਼ਮਾਨਤ ਮਿਲ ਗਈ। ਦੇਖੋ, ਸਾਰਿਆਂ ਨੂੰ ਜਿਹੜੀ ਹਾਈਕੋਰਟ ਹੈ, ਇਹ ਸਾਡੀ ਇਸ ਤੋਂ ਉੱਪਰ ਕੋਈ ਹੈ ਨਹੀਂ, ਇਸ ਕਰਕੇ ਸਾਰਿਆਂ ਨੂੰ ਵਿਸ਼ਵਾਸ ਹੁੰਦਾ। ਪਰ ਮੈਂ ਲੋਕਾਂ ਨੂੰ ਚੌਧਰੀ ਸਾਹਿਬ, ਵਿਕਾਸ ਨਹੀਂ ਆ, ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਇਹ ਸਵਾਲ ਇੱਕ ਵਾਰ ਕੀਤਾ ਸੀਗਾ ਵੀ ਇਹ ਜਿਹੜੀਆਂ ਜਦੋਂ ਚੋਣਾਂ ਆਉਂਦੀਆਂ, ਪਾਰਟੀਆਂ ਸਿਰਫ ਚੋਣਾਂ ਦੇ ਨੇੜੇ ਆ ਕੇ ਇੱਕ ਦੂਜੇ ਨੂੰ ਫੜਫੜਾਈਆਂ ਕਰਦੀਆਂ, ਬਿਆਨਬਾਜ਼ੀਆਂ ਕਰਦੇ, ਅਸਲੀਅਤ 'ਚ ਲੋਕਾਂ ਨੂੰ ਅੱਜ ਤੱਕ ਕੋਈ ਇਨਸਾਫ਼ ਨਹੀਂ ਮਿਲਿਆ, ਨਾ ਹੀ ਬੇਅਦਬੀ ਦਾ, ਨਾ ਹੀ ਜਿਹੜੇ ਨਸ਼ੇ ਦੇ ਵਪਾਰੀ ਸੀਗੇ, ਚਾਹੇ ਉਹ ਰੇਤੇ ਦੇ ਵਪਾਰੀ ਸੀਗੇ, ਸਿਰਫ ਖੇਡੇ ਹੁੰਦੀ ਹੈ ਜੀ। ਦੇਖੋ, ਮੇਰੇ ਹਲਕੇ ਦੇ ਵਿੱਚ ਤੁਹਾਨੂੰ ਬੜੀ ਅਕਾਲ ਪੁਰਖ ਦੀ ਰਹਿਮਤ ਰਹੀ ਹੈ, ਕੋਈ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਦਾ ਬੇਅਦਬੀ ਨਹੀਂ ਹੋਈ ਮੇਰੇ ਇਲਾਕੇ ਦੇ ਵਿੱਚ। ਮੇਰੇ ਇਲਾਕੇ 'ਚ ਕੋਈ ਰੇਤੇ ਦਾ ਕੰਮ ਨਹੀਂ ਹੋਇਆ, ਮੇਰੇ ਇਲਾਕੇ ਦੇ ਵਿੱਚ ਕੋਈ ਚਿੱਟਾ ਵੀ ਜਿਹੜਾ ਬਣਦਾ ਵੇਚਦੇ ਸੀਗੇ ਉਹ ਬੰਦ ਹੋਇਆ। ਇਹ ਨਹੀਂ ਮੈਂ ਕਹਿ ਸਕਦਾ ਵੀ 100% ਹੀ ਹੋਇਆ, 2-4% ਹੋ ਵੀ ਸਕ। ਸਾਡੇ ਇਲਾਕੇ ਸਾਰਾ ਕੁਛ ਹੈ, ਪਹਿਲਾਂ ਇੱਥੇ ਕਹਿੰਦੇ ਸ਼ਰਾਬ ਵਿਕਦੀ ਬਹੁਤ ਜ਼ਿਆਦਾ, ਇੱਥੇ ਓਪੋਜੀਸ਼ਨ ਵਾਲਿਆਂ ਨੇ ਹੁਣ ਵੀ ਕਹਿੰਦੇ ਵੀ ਹੁਣ ਵੀ ਘਰ ਘਰ ਵਿਕਦੀ ਹੈ, ਕਹਿੰਦੇ ਵੀ ਰੋਜ਼ਗਾਰ, ਘਰ ਘਰ ਰੋਜ਼ਗਾਰ ਦੀ ਗੱਲ ਕੀਤੀ ਸੀਗੀ ਘਰ। ਅਕਾਲੀ ਦਲ ਤਾਂ ਇਹ ਪੁੱਛੋ ਵੀ ਤੁਸੀਂ 12% ਇਨਕਰੀਜ਼ 'ਤੇ ਠੇਕੇ ਲਏ ਹੈ ਅੱਗੇ ਨਾਲੋਂ, ਜੇ ਵਿਕਦੀ ਹੁੰਦੀ ਤਾਂ 12% ਇਨਕਰੀਜ਼ 'ਤੇ ਲੈ ਸਕਦਾ ਸੀਗਾ, ਜੇ ਘਾਟੇ ਵੀ ਜਾਂਦੇ ਹੁੰਦੇ, ਜਦ ਉਹਨਾਂ ਨੇ ਪੈਸਾ ਕਮਾਇਆ ਫਿਰ ਹੀ ਲੈਂਦੇ। ਇਸੀ ਤਰ੍ਹਾਂ ਗੱਲ ਸੁਣ, ਉਹਨਾਂ ਨੂੰ ਹੁਣ ਕੋਈ ਮੁੱਦਾ ਨਹੀਂ ਉਹਨਾਂ ਦੇ ਪਾਸ, ਝੂਠ ਬੋਲਣ ਦੀ PhD ਉਹਨਾਂ ਨੇ ਕੀਤੀ ਵੀ ਹੈ, ਪਤਾ ਨਹੀਂ ਕਿਹੜਾ ਕਾਲਜ ਉਹਨਾਂ ਦਾ ਹੈਗਾ। ਸੋ ਅਸੀਂ ਸੱਚ 'ਤੇ ਪਹਿਰਾ ਦੇ ਰਹੇ ਹਾਂ, ਸੱਚ 'ਤੇ ਪਹਿਰਾ ਦੇ ਕੇ ਲੋਕਾਂ ਨੇ ਸਾਡਾ ਸਾਥ ਦਿੱਤਾ। ਇੱਥੋਂ ਬੱਲਾਚੌਰ ਹਲਕੇ ਦੇਖੀ ਤਾਂ ਮੁਕਾਬਲਾ ਕਿਹਦੇ ਨਾਲ ਦੇਖਦੇ ਆ ਤੁਸੀਂ? ਨਹੀਂ, ਮੈਨੂੰ ਤਾਂ ਨਜ਼ਰੀ ਕੁਛ ਨਹੀਂ ਆਉਂਦਾ ਹੈਗਾ, ਹੁਣ ਤਾਂ ਤੁਹਾਡੀ ਗੱਲ ਇਹ ਸਮਝ ਲਓ, ਇੱਕ ਅਕਾਲੀ ਦਲ ਦਾ ਤੁਹਾਨੂੰ ਪਤਾ ਹੀ ਹੈ ਵੀ ਕੌਣ ਹੈ ਕੈਂਡੀਡੇਟ, ਜਿਹੜਾ ਆਮ ਪਾਰਟੀ ਵੱਲ ਹੈ ਉਹ ਵੀ ਤੁਹਾਨੂੰ ਪਤਾ ਕੌਣ ਹੈ ਕੈਂਡੀਡੇਟ, ਹੁਣ ਜਿਹੜਾ ਇੱਕ IPS ਆਇਆ ਅਸ਼ੋਕ ਬਾੜ ਜੀ, ਉਹਦਾ ਵੀ ਤੁਹਾਨੂੰ ਪਤਾ ਹੀ ਹੈ। ਲੋਕਾਂ ਨੇ ਵਿਕਾਸ ਚਾਹੁੰਦੇ, ਲੋਕਾਂ ਨੇ ਕੰਮ ਚਾਹੁੰਦੇ ਹੈ, ਲੋਕ ਹੁਣ ਚਿਹਰਾ ਨਹੀਂ ਦੇਖਦੇ, ਵੋਟ ਉਹਨੂੰ ਪਾਉਂਦੇ ਹੈ ਜਿਹਨੇ ਵਿਕਾਸ ਕੀਤਾ ਹੋਵੇ। ਪਰ ਇਸੇ ਆਧਾਰ 'ਤੇ ਕੈਪਟਨ ਅਮਰਿੰਦਰ ਸਿੰਘ, ਤੁਹਾਡੇ ਸਾਬਕਾ ਮੁੱਖ ਮੰਤਰੀ ਵੀ ਉਹਨਾਂ ਨਾਲ ਰਲ ਕੇ BJP ਨਾਲ ਰਲ ਕੇ ਮੈਦਾਨ 'ਚ ਆ ਰਹੇ ਨੇ? ਨਹੀਂ, ਉਹ ਤਾਂ ਸਾਡੇ ਕਾਂਗਰਸ ਤੋਂ ਤਾਂ ਅਸੀਂ ਭਗੌੜਾ ਹੀ ਕਰਤਾ, ਜਦ ਉਹ ਚਲੇ ਹੀ ਗਿਆ
असी क्यों कांग्रेस से कढ़िया, पहला मेरी हाई कमांडर ने उन्होंने कुर्सी से क्यों लाया, ये ओदे विच कुछ देखिया तदे लाया। आज देखो 111 दिन चन्नी नू मिले, 111 दिनों में हरेक वर्ग की जिहड़े है उन्होंने सहूलत दी। 111 दिनों के वो 20 घंटे काम करता, 4 घंटे सौंदा सीगा कैप्टन, 20 घंटे सौंदा तो 4 घंटे काम करता सीगा, उल्ट उल्ट हो गया। सो अज तुसी देखो उतर के जिहड़ा हैगा, तुसी देखिया होना बाजार विच उतर के मिलिया, इत्थे भी उतर के मिलिया, ਇੱਦਾਂ ਦਾ ਮੁੱਖ ਮੰਤਰੀ ਦੇਖਣਾ ਜਿਹੜਾ ਲੋਕਾਂ ਦੇ ਵਿੱਚ ਜੱਫੀ ਪਾ ਕੇ ਮਿਲਦਾ। ਪਰ ਜਿੱਦਾਂ ਤੁਸੀਂ 111 ਦਿਨਾਂ ਦੀ ਗੱਲ ਕੀਤੀ ਆ, ਕਹਿੰਦੇ ਵੀ 111 ਦਿਨਾਂ ਦੇ ਵਿੱਚ ਚਰਨਜੀਤ ਚੰਨੀ ਨੇ 111 ਐਲਾਨ ਕੀਤੇ, ਅਤੇ ਤੁਹਾਡੇ ਬਾਰੇ ਕਿਹਾ ਜਾਂਦਾ ਅਤੇ ਵੀ ਸਾਡੇ ਵਿਧਾਇਕ ਨੇ 111 ਨੀਂਹ ਪੱਥਰ ਰੱਖਿਆ। ਬਈ ਗੱਲ ਸੁਣੋ, ਇੱਕ ਤਾਂ ਜਾਂ ਤਾਂ ਉਹਨਾਂ ਨੂੰ ਪੁੱਛੋ ਵੀ ਝੂਠੇ ਰੱਖੇ, ਜੇ ਤਾਂ ਝੂਠੇ ਰੱਖੇ ਹੈ ਮੈਂ ਵਿਚਾਲੇ ਛੱਡ ਦਿੰਦਾ। ਮੈਂ ਇੱਕ ਵੀ ਕੰਮ ਜਿਹੜਾ ਹੈਗਾ ਝੂਠਾ ਨਹੀਂ ਰੱਖਿਆ, ਜਿਹਦੇ ਪੈਸੇ ਮਨਜ਼ੂਰ, ਜਿਹਦਾ ਕੰਮ ਚਾਲੂ ਹੋ ਗਿਆ ਮੈਂ ਉਹਦੇ ਪੱਥਰ ਰੱਖੇ। ਹੁਣ ਉਹਨਾਂ ਦੀ ਸੁਣ ਲੈ ਫਿਰ ਗੱਲ। ਕਹਿੰਦੇ ਇੱਕ ਮੈਨੂੰ ਉੱਥੇ ਆ ਗਈ ਗੱਲ, ਕੋਈ ਜਥੇਦਾਰੀ ਵਰਗਾ ਸੁਣਾਉਂਦਾ ਸੀਗਾ, ਕਹਿੰਦਾ ਚੜ੍ਹਦੇ ਸੂਰਜ ਢਲਦੇ ਦੇਖੇ, ਝੂਠੇ ਪੱਥਰ ਅਕਾਲੀਆਂ ਦੇ ਲੱਗਦੇ ਦੇਖੇ। ਲੋਕੋ ਸੁਣ ਲਓ ਧਿਆਨ ਦੇ ਨਾਲ, ਇਹ ਹੈ ਅਕਾਲੀਆਂ ਦਾ ਕਰਦਾਰ। ਇਸੇ ਤਰ੍ਹਾਂ ਬਲਾਚੌਰ ਹਲਕੇ ਤੋਂ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਹੈਗੇ, ਇਹਨਾਂ ਨੂੰ ਅਸੀਂ ਪੁੱਛ ਲਿਆ ਹੈ। ਸਰਪੰਚ ਸਾਹਿਬ, ਚੌਧਰੀ ਸਾਹਿਬ ਜਿੱਦਾਂ ਕਹਿ ਰਿਹਾ ਵੀ ਮੈਂ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਕੰਮ ਛੱਡਿਆ ਨਹੀਂ, ਕੀ ਤੁਹਾਡੇ ਕੰਮ ਹੋਏ ਆ ਜੀ? ਪਹਿਲਾਂ ਤਾਂ ਮੈਂ ਅਕਾਲ ਚੈਨਲ ਦੀ ਸਾਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਪਬਲਿਕ ਦੇ ਰੂਬਰੂ ਕੀਤਾ ਹੈ। ਜੇ ਕੰਮਾਂ ਦੀ ਗੱਲ ਕੀਤੀ ਜਾਵੇ ਤਾਂ ਕੰਮ ਅਣਗਿਣਤ ਹਨ, ਜੇ ਆਪਾਂ ਸਵੇਰ ਤੇ ਗਿਣ ਲੱਗੇ ਸ਼ਾਮ ਪੈ ਜਾਏਗੀ। ਜਿਹੜੇ ਦੱਸੋ, ਅਸੀਂ ਤਾਂ ਚਾਹੁੰਦੇ ਹਾਂ ਵੀ ਪਹਿਲੀ ਗੱਲ ਤਾਂ ਸਰਕਾਰਾਂ ਕੰਮ ਕਰਦੀਆਂ ਨਹੀਂ, ਵਿਧਾਇਕ ਕੰਮ ਕਰਦੇ, ਜੇ ਕਰਦੇ ਤਾਂ ਦੱਸੋ ਜ਼ਰੂਰ। ਹਾਂ, ਇੱਕ ਤਾਂ ਇਹਨਾਂ ਨੇ ਜਿਹੜੇ ਸਾਡੀ ਮੇਨ ਮੰਗ ਸੀਗੀ ਸਾਡੀ ਮਹਿਦਪੁਰ ਤੋਂ ਲੈ ਕੇ ਬਾਇਆ ਦਿਆਲਾ ਸੜੋਆ ਕੁੱਕੜਮਜਾਰੇ ਤੱਕ ਉਹ ਸੜਕ ਬਣਾ ਕੇ ਜਿੱਥੇ ਬਾਈਪਾਸ ਦਾ ਕੰਮ ਕਰਦੇ ਉੱਥੇ ਸਾਡੇ ਗੁਰੂਆਂ ਦੀ ਨਗਰੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਗਰੀ ਨੂੰ ਵੀ ਜੋੜਦੀ ਉਹ ਸੜਕ ਬਣ ਗਈ ਜੀ ਸੜਕ, ਉਹਦਾ ਕੰਮ ਸ਼ੁਰੂ ਹੋ ਗਿਆ ਜੀ। ਉਸ ਤੋਂ ਬਾਅਦ ਆ ਕੰਗਣਾ ਬੇਟ ਵਾਲੀ 18 ਫੁੱਟੀ ਅਤੇ ਇੱਕ ਆ ਸੁੱਧੇ ਮਾਜਰੇ ਨੂੰ ਆ ਜੀ, ਅਤੇ ਉਸ ਤੋਂ ਬਾਅਦ ਇੱਥੇ ਜਿਹੜਾ ਕਾਲਜ ਹੈ ਆਪਣੇ BSC ਕਾਲਜ ਲਿਆਂਦਾ ਜਿਹੜਾ ਆਪਣੇ ਬੱਲੋਵਾਲ ਸੌਂਖੜੀ ਸਾਹਵੇ ITI ਦਾ ਕੰਮ ਉੱਥੇ ਸਟੇਡੀਅਮ ਦੇ ਮੇਰਾ ਖਿਆਲ ਪਈ ਸ਼ਾਇਦ ਹੋਊਗਾ ਕੰਮ। ਬਾਕੀ ਉੱਥੇ ਨੂੰ ਵੀ ਮੈਨੂੰ ਲੱਗਦਾ 1.5-2 ਕਿਲੋਮੀਟਰ ਦੀ ਸੜਕ ਜਿਹੜੀ 18 ਫੁੱਟੀ ਇਹਨਾਂ ਨੇ ਦਿੱਤੀ ਆ। ਅਤੇ ਹੋਰ ਆ ਜਿਹੜੀ ਕਰਜ਼ਾ ਮਾਫੀ ਆ, 2-2 ਲੱਖ ਦੇ ਪਹਿਲਾਂ ਕਰਜ਼ੇ ਮਾਫ ਜ਼ਿਮੀਂਦਾਰਾਂ ਦੇ ਹੋਏ, ਫਿਰ ਜਿਹੜੇ ਨੋਨ ਐਗਰੀਕਲਚਰ ਸੀਗੇ ਉਹਨਾਂ ਦੀ ਵੀ ਮੰਗ ਸੀਗੀ ਵੀ ਜਦੋਂ ਜ਼ਿਮੀਂਦਾਰ ਦਾ ਕਰਜ਼ਾ ਮਾਫ ਹੋ ਗਿਆ 2 ਲੱਖ ਸਾਡਾ ਵੀ ਹੋਣਾ ਚਾਹੀਦਾ। ਉਹ ਘੱਟੋ ਘੱਟ 20,000 ਰੁਪਈਆ ਇੱਕ ਇੱਕ ਸੁਸਾਇਟੀ ਦਾ, ਮੇਰੇ ਪਿੰਡ ਦੀ ਸੁਸਾਇਟੀ ਦਾ ਮੈਨੂੰ ਲੱਗਦਾ ਵੀ 50-60 ਲੱਖ ਰੁਪਈਆ ਸਾਡੇ ਪਿੰਡ ਦੀ ਸੁਸਾਇਟੀ ਦਾ ਉਹ 20,000 ਕਹਿ ਸਕਦਾ ਜੀ। ਪਰ ਸਰਕਾਰ ਨੇ, ਕੈਪਟਨ ਸਾਹਿਬ ਨੇ ਦਾਅਵਾ ਕੀਤਾ ਵੀ ਸਾਰੇ ਕਰਜ਼ੇ ਮਾਫ ਕਰਾਂਗੇ, ਚਾਹੇ 38 ਦੇ ਹੁਣ, ਚਾਹੇ ਤਾਂ ਕੀ ਹੋਏ ਆ ਜਿੰਨੇ ਕੁ ਦੇਖੋ ਇਹਨਾਂ ਦੇ ਦੂਜੇ ਦੇ ਵਿੱਚ ਆਏ ਆ, ਜਿੰਨੀ ਕੁ ਇਹਨਾਂ ਦੇ ਕੋਲ ਜੇਬ ਦੇ ਵਿੱਚ ਜਿੰਨੀ ਕੁ ਇਹਨੂੰ ਸਮਰੱਥਾ ਸੀਗੀ ਉਸ ਹਿਸਾਬ ਨਾਲ ਤਾਂ ਇਹਨੇ ਐਨ ਕੀਤੇ ਆ। ਨੋਨ ਐਗਰੀਕਲਚਰ ਦੀ ਮੰਗ ਸੀਗੀ ਉਹ ਵੀ ਕੀਤੇ, ਜਿੰਨੇ ਸਾਡਾ 2-2 ਲੱਖ ਦਾ ਐਗਰੀਕਲਚਰ ਦਾ ਉਹ ਵੀ ਹੋਇਆ। ਇੱਕ ਸਰਕਾਰ ਨੇ ਹੋਰ ਕਿਹਾ ਸੀਗਾ ਉਹਦੇ ਘਰ ਘਰ ਰੋਜ਼ਗਾਰ ਆਪਾਂ ਦੇਵਾਂਗੇ, ਕੀ ਤੁਹਾਡੇ ਪਿੰਡਾਂ ਦੇ ਵਿੱਚ ਮਿਲਿਆ ਰੋਜ਼ਗਾਰ ਜੀ? ਹਜੇ ਇੱਕ ਤਾਂ ਇਸ ਵਾਰ ਇਹਨਾਂ ਨੂੰ ਸਮਾਂ ਥੋੜ੍ਹਾ ਮਿਲਿਆ, 1.5-2 ਸਾਲ ਤਾਂ ਕਰੋਨਾ ਦੇ ਵਿੱਚ ਖਰਾਬ ਹੋ ਗਿਆ ਜੀ, ਠੀਕ ਹੈ। ਜਿਹੜਾ 2.5-2 ਸਾਲ ਦਾ ਸਮਾਂ ਆ, ਕਿਉਂਕਿ ਜਿਹੜੀ ਪਿਛਲੀਆਂ ਸਰਕਾਰਾਂ ਨੇ ਖਾਬੇ ਐਡੇ ਪਾਤੇ ਹੋਏ, ਜਿਹੜੇ ਉਹਨਾਂ ਨੂੰ ਭਰਦਿਆਂ ਨੂੰ ਇਹਨਾਂ ਨੂੰ ਆਇਆ ਦਿਨ ਆ ਗਏ ਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦਾ ਫੋਕਸ ਹੈ ਉਹ ਰੁਜ਼ਗਾਰ ਵੱਲੇ, ਰੁਜ਼ਗਾਰ, ਸਿਹਤ ਸਹੂਲਤ ਜਾਂ ਆਪਣੇ ਕੋਈ ਵੀ ਆ ਜਿਹੜਾ ਪੜ੍ਹਾਈ ਦਾ, ਸਿੱਖਿਆ ਦਾ, ਇਹਨਾਂ 'ਤੇ ਫੋਕਸ ਰਹੇਗਾ। ਅਤੇ ਇੱਕ ਚੌਧਰੀ ਸਾਹਿਬ 'ਤੇ ਲੈ ਲਈਏ ਤਾਂ ਚੰਨੀ ਸਾਹਿਬ 'ਤੇ ਵੀ ਹੁਣ ਇੱਕ ਦੋਸ਼ ਲੱਗਦਾ, ਖਾਸ ਕਰਕੇ ਸਾਡੇ ਏਰੀਆ 'ਚ ਕਹਿੰਦੇ ਵੀ ਮਾਈਨਿੰਗ ਬਹੁਤ ਹੁੰਦੀ ਹੈ, ਕਿ ਆਪਣੇ ਪਿੰਡਾਂ 'ਚ ਵੀ ਪ੍ਰਭਾਵ ਹੈਗਾ ਜੀ? ਬਿਲਕੁਲ, ਸਾਡੇ ਮਾਈਨਿੰਗ ਦਾ ਕੋਈ ਨਹੀਂ, ਸਾਡੇ ਇਸ ਤਰ੍ਹਾਂ ਦਾ ਐਵੇਂ ਵਿਰੋਧੀਆਂ ਨੇ ਕਿਸੇ ਨਾਲ ਰੌਲਾ ਪਾਉਣਾ ਪਾਈ ਜਾਵੇ, ਇਸ ਤਰ੍ਹਾਂ ਦਾ ਤਾਂ ਕੋਈ ਨਹੀਂ ਹੈਗਾ ਮਾਈਨਿੰਗ ਦਾ। ਹੁਣ ਜੇ ਆਪਾਂ ਹੁਣ ਗੱਲ ਕਰੀਏ ਵੀ ਜਿਹੜਾ ਰਹਿ ਗਿਆ ਚੌਧਰੀ ਸਾਹਿਬ ਨੂੰ, ਹੁਣ ਅਸੀਂ ਦੁਬਾਰਾ ਤੁਸੀਂ MLA ਬਣਾਉਣ ਜਾ ਰਹੇ ਹਾਂ, ਕਿਹੜੇ ਕਿਹੜੇ ਕੰਮ ਕਹਿੰਦੇ ਰਹਿੰਦੇ ਆ ਜਿਹੜੇ ਚੌਧਰੀ ਸਾਹਿਬ ਨੇ ਅਗਲੀ ਟਰਮ 'ਚ ਕਰਨੇ ਆ? ਹਜੇ ਸਾਡੇ ਜਿਹੜੇ ਕਾਫੀ ਕੰਮ ਤਾਂ ਹੋਗਾ, ਜਿਹੜੇ ਕੁਝ ਰਹਿੰਦੇ ਆ, ਅਸੀਂ MLA ਨਹੀਂ ਬਣਾਉਣਾ, ਅਸੀਂ ਇਹਨਾਂ ਨੂੰ ਹੁਣ ਮੰਤਰੀ ਦੇਖਣਾ ਚਾਹੁੰਦੇ ਹਾਂ। ਜੇ ਹਲਕਾ ਬਲਾਚੌਰ ਦੀ ਨੁਹਾਰ ਬਦਲ ਸਕਦੇ ਤਾਂ ਇੱਕੋ ਇੱਕ ਇਹੋ ਇਨਸਾਨ ਹੈ ਜਿਹਨਾਂ ਨੇ 5 ਸਾਲਾਂ ਦੇ ਵਿੱਚ ਸਾਬਤ ਕਰਕੇ ਦੱਸ ਦਿੱਤਾ ਵੀ ਸਰਕਾਰਾਂ ਕੀ ਹੁੰਦੀਆਂ, ਕੰਮ ਕਿਹੜੇ ਹਿਸਾਬ ਨਾਲ ਹੁੰਦੇ ਆ। ਇਹਦੇ 'ਚ ਕੋਈ 2 ਰਾਏ ਨਹੀਂ, ਤਾਂ ਹੀ ਇਹ ਟੋਕ ਕੇ ਕਹਿੰਦੇ ਆ ਵੀ ਮੈਨੂੰ ਵਿਕਾਸ ਮੈਂ ਕੀਤਾ ਤਾਂ ਵਿਕਾਸ ਵੋਟ ਪਾ ਦਿਓ, ਜੇ ਨਹੀਂ ਕੀਤਾ ਤਾਂ ਨਾ ਪਾ ਦਿਓ, ਵੀ ਹਿੰਮਤ ਰੱਖ ਇਸ ਗੱਲ ਨੂੰ ਤਾਂ ਇਹ ਮੰਨਦੇ ਆ। ਹੁਣ ਜਿੱਦਾਂ ਤੁਸੀਂ ਆਸ ਕੀਤੀ ਆ ਵੀ ਇਸ ਵਿਧਾਇਕ ਤੋਂ ਬਾਅਦ ਮੰਤਰੀ ਬਣਨੇ ਚਾਹੀਦੇ, ਕਿਹੜੇ ਮਹਿਕਮੇ ਦੇ ਮੰਤਰੀ ਬਣਨੇ ਚਾਹੀਦੇ ਨੇ? ਇਹ ਮਹਿਕਮੇ ਦੇ ਮੰਤਰੀ ਜਿੱਦਾਂ ਹੁਣ ਕੋਈ ਆ ਸਿਹਤ ਸਹੂਲਤ ਆ ਜਾਂ ਜਿਹੜਾ ਜਿੱਥੇ ਕੋਈ ਸਾਡੀ ਕੋਈ ਮਾੜੀ ਮੋਟੀ ਸਿਹਤ ਸਹੂਲਤ ਦੇ ਵਿੱਚ ਕਿਤੇ ਕਮੀ ਆ, ਉਹ ਸਾਰੀਆਂ ਕਮੀਆਂ ਅਸੀਂ ਕਹਿੰਦੇ। ਜਿੱਦਾਂ ਕੋਈ ਸਿੱਖਿਆ ਮੰਤਰੀ ਜਾਂ ਸਿਹਤ ਸਹੂਲਤ ਦੇ ਵਿੱਚ ਇਹਨਾਂ ਨੂੰ ਕੋਈ ਮੌਕਾ ਮਿਲੇ ਤਾਂ ਜਿਹੜੀਆਂ ਸਾਡੀਆਂ ਇਹਨਾਂ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਸੁਧਾਰ ਹੋ ਸਕੇ ਗਾਹਾਂ ਬਾਤ। ਇੱਕ ਇਹਨਾਂ ਦੀ ਵੱਡੀ ਗੱਲ ਜਿਹੜੀ ਆ,
ਇਹਨਾਂ ਨੇ ਕਿਸੇ ਵੀ ਸਰਪੰਚ ਨਾਲ ਭਾਵੇਂ ਉਹ ਵਿਰੋਧੀ ਪਾਰਟੀ ਕੋਈ ਜਿਹੜਾ ਘਰ ਆ ਗਿਆ ਕਦੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ। ਜਿੰਨਾ ਪੰਚਾਇਤਾਂ ਨੂੰ ਸਤਿਕਾਰ ਇਹਨਾਂ ਦੇ ਇੱਥੋਂ ਮਿਲਿਆ ਨਾ, ਵਿਕਾਸ ਲਈ ਪੈਸਾ ਤਾਂ ਮਿਲਿਆ ਮਿਲਿਆ, ਜਿਹੜਾ ਸਾਨੂੰ ਸਤਿਕਾਰ ਮਿਲਿਆ ਅਸੀਂ ਜ਼ਿਮੀਂਦਾਰਾਂ ਨੂੰ ਬਰਾਦਰੀ ਨੂੰ ਬਿਲੋਂਗ ਕਰਦੇ ਹਾਂ। ਗੁੱਜਰ ਕਮਿਊਨਿਟੀ ਤੋਂ ਅਲੱਗ ਜੇ ਦੇਖਿਆ ਜਾਵੇ ਤਾਂ ਜਿੰਨੇ ਸਾਡੇ ਜ਼ਿਮੀਂਦਾਰ ਸਰਪੰਚ ਆ ਉਹ ਸਾਰੇ ਤਹਿ ਦਿਲੋਂ ਇਹਨਾਂ ਨਾਲ ਜੁੜਿਓ ਵੀ ਆ, ਤੁਰਿਓ ਵੀ ਆ ਅਤੇ ਕੰਮ ਵੀ ਕਰ ਰਹੇ ਆ। ਇਹਨਾਂ ਦੇ ਇੱਕ ਆਹ ਇਹਨਾਂ ਦੇ ਇਸ ਗੱਲ ਨੂੰ ਦੇਖ ਕੇ ਵੀ ਇਹਨਾਂ ਨੇ ਜਿਹੜਾ ਸਾਡੇ ਨਾਲ ਬਹੁਤ ਵਧੀਆ ਸਲੂਕ ਬੜੇ ਢੰਗ ਦੇ ਨਾਲ ਸਾਨੂੰ ਹਰ ਇੱਕ ਜਿਸ ਵੀ ਗੱਲ ਨੂੰ ਜਿਸ ਮੰਗ ਨੂੰ ਆਏ ਆ ਲਗਭਗ ਸਾਡੀਆਂ ਮੰਗਾਂ ਪੂਰੀਆਂ ਹੋਈਆਂ। ਚੌਧਰੀ ਸਾਹਿਬ, ਇਹਨਾਂ ਦੀ ਗੱਲ ਤੋਂ ਮੈਨੂੰ ਇੱਕ ਗੱਲ ਚੇਤੇ ਆਈ ਆ ਵੀ ਜਿਸ ਤਰ੍ਹਾਂ ਕਹਿ ਰਹੇ ਵੀ ਖੁਸ਼ ਆ ਸਾਡੇ ਕੰਮ ਹੋਇਆ, ਪਰ ਬਹੁਤ ਸਾਰੇ ਤੁਹਾਡੇ ਆਪਣੀ ਪਾਰਟੀ ਦੇ ਵਰਕਰ ਔਰ ਤੁਹਾਡੇ ਜਿਹੜੇ ਸਾਥੀ ਲੀਡਰ ਸੀਗੇ ਅੱਜ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਤੁਹਾਡੇ ਵਿਰੁੱਧ ਦੋਸ਼ ਲਾ ਕੇ ਵੀ ਸਾਡੇ ਵਿਰੁੱਧ ਪਰਚੇ ਹੋਏ, ਸਾਨੂੰ ਪੁੱਛਿਆ ਨਹੀਂ, ਇਸ ਕਰਕੇ ਉਹਨਾਂ ਨੇ ਆਜ਼ਾਦ ਖੜ੍ਹੇ ਹੋਣ ਦਾ ਐਲਾਨ ਕੀਤਾ। ਕਿਹੜਾ ਹੈ ਅਸ਼ੋਕ ਨਾਨੋਵਾਲ ਜੀ? ਅਸ਼ੋਕ ਨਾਨੋਵਾਲ ਉਹ ਰਹਿੰਦਾ ਕਿੱਥੇ ਪਹਿਲਾਂ ਇਹ ਮੈਨੂੰ ਦੱਸੋ। ਇਹਦਾ ਹੁਣ ਤੁਸੀਂ ਦੱਸੋਗੇ ਤੁਹਾਡਾ ਲੀਡਰ ਸੀਗਾ ਤੁਹਾਡੀ ਵਰਗੇ ਦਾ। ਗੱਲ ਸੁਣੋ, ਗੜ ਸ਼ੰਕਰ ਦੇ ਵਿੱਚ ਰਹਿੰਦਾ ਉਹਦਾ ਇੱਥੇ ਰਹਿਣ ਸਹਿਣ ਵੀ ਨਹੀਂ ਹੈਗਾ। 5 ਸਾਲ ਦੇ ਵਿੱਚ ਕਦੇ ਪਾਰਟੀ ਦੇ ਵਿੱਚ ਆਏ ਨਹੀਂ, ਕਿਸੇ ਵਰਗ ਦੀ ਮਦਦ ਨਹੀਂ ਕੀਤੀ, ਕੋਈ ਉਹਨੇ ਕੰਮ ਨਹੀਂ ਕੀਤਾ। ਜੇ ਕੋਈ ਪਰਚਾ ਦੱਸੇ ਤਾਂ ਮੈਨੂੰ ਉਹ ਸਾਬਤ ਕਰਕੇ ਦੱਸੇ ਵੀ ਝੂਠੇ ਜਿਹੜੇ ਪਰਚੇ ਕਰਾਏ। ਹੁਣ ਉਹ ਗੱਲ ਸੁਣੋ, ਇਹ ਤਾਂ ਝੂਠੇ ਤਾਂ ਦੋਸ਼ ਲਾ ਹੀ ਜਾਂਦੇ। ਯਾਦ ਕਰਨਾ ਲੋਕਾਂ ਨੇ, ਉਹਨਾਂ ਨੂੰ ਫਤਵਾ ਦੇ ਦੂਗਾ, ਯਾਦ ਦੇ ਵਿੱਚ ਪਤਾ ਚੱਲ ਜਾਣਾ। ਜੋ ਉਹ ਦਾਅਵਾ ਕਰਦੇ ਮੈਂ ਜਿੱਤ ਕੇ ਦਿਖਾਊਂਗਾ ਤਾਂ ਉਹ ਵੀ ਕਹਿ ਸਕਦਾ ਵੀ ਸਾਡੇ ਤਾਂ ਪਰਚੇ ਪੇ ਹੋਏ ਆ, ਅਸੀਂ ਉਹ ਕਹਿੰਦੇ ਪਰੂਫ ਦੇਣ ਨੂੰ ਵੀ ਤਿਆਰ ਹਾਂ। ਮੈਂ ਕਹਿੰਦਾ ਪਰੂਫ ਦੇਣ, ਗੱਲ ਤਾਂ ਸਵਾਦ ਤਾਂ ਇਹ ਹੈ ਪਰੂਫ ਦੇਣ, ਗੱਲ ਕਹਿਣ ਨਾਲ ਨਹੀਂ ਹੈ ਵੀ ਮੈਂ ਤਾਂ ਕਹਿੰਦਾ ਜਿੱਤੇ ਅਸੀਂ ਕਿਹੜੇ ਕਹਿੰਦੇ। ਹੁਣ ਹਰੇਕ ਆਦਮੀ ਜਿਹੜਾ ਕੈਂਡੀਡੇਟ ਖੜ੍ਹਦਾ ਜਿੱਤਣ ਨੂੰ ਖੜ੍ਹਦਾ, ਹਾਰਨ ਤਾਂ ਉਹਨਾਂ ਨੂੰ ਕੋਈ ਖੜ੍ਹਦਾ। ਇਹ ਤਾਂ ਲੋਕਾਂ ਦੀ ਕਚਹਿਰੀ ਵਿੱਚ ਜਾਣਾ, ਲੋਕਾਂ ਨੇ ਫਤਵਾ ਦੇਣਾ। ਠੀਕ ਹੈ, ਇਸੇ ਤਰ੍ਹਾਂ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਦਲਿਤ CM ਚੰਨੀ ਸਾਹਿਬ ਨੂੰ ਬਣਾਇਆ ਸੀਗਾ ਅਤੇ ਚੌਧਰੀ ਸਾਹਿਬ ਨੇ ਇੱਕ ਚੇਅਰਮੈਨ SC ਵਰਗ ਤੋਂ ਬਣਾਏ ਨੇ, ਸਾਡੇ ਨਾਲ ਮੌਜੂਦ ਨੇ। ਹਾਂਜੀ ਸਾਹਿਬ, ਕਿੱਦਾਂ ਦੇਖਦੇ? ਮੈਂ ਅਕਾਲ ਚੱਲਣ ਤੋਂ ਸਾਰੇ ਜਿਹੜੇ ਦੇਖਦੇ ਮੇਰੇ ਸਰੋਤੇ ਉਹਨਾਂ ਦਾ ਧੰਨਵਾਦ ਕਰਦਾ। ਅੱਜ ਤੁਸੀਂ ਸਾਡੇ ਕਾਂਗਰਸ ਦਫ਼ਤਰ ਦੇ ਵਿੱਚ ਇਹ ਸਾਡੀ ਵੀ ਲੋਕਾਂ ਤੱਕ ਗੱਲ ਪਹੁੰਚਾਉਣ ਲਈ ਆਏ ਹੈ। ਤੁਸੀਂ ਹਰ ਇੱਕ ਪਾਰਟੀ ਦੇ ਨੁਮਾਇੰਦੇ ਨੂੰ ਮਿਲਦੇ ਹਾਂ, ਵਰਕਰ ਨੂੰ ਮਿਲਦੇ ਹਾਂ, ਹਰ ਇੱਕ ਦੀ ਆਪਣੀ ਆਪਣੀ ਤਮੰਨਾ ਜਿਹੜੀ ਹੈਗੀ ਉਹ ਆਪਣੀ ਆਪਣੀ ਦੱਸਦਾ। ਪਰ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਸਾਡੇ ਚੌਧਰੀ ਸਾਹਿਬ ਨੇ ਵੀ, ਮੈਂ ਚੇਅਰਮੈਨ ਹੁੰਦੇ, ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕੀਤਾ। ਮੇਰੇ ਕੋਲ 131 ਸਰਪੰਚ ਪੰਚਾਇਤਾਂ ਆ, 131 'ਚ ਕੋਈ ਸਰਪੰਚ ਇਹੋ ਜਿਹਾ ਨਹੀਂ ਜਿਹੜਾ ਆ ਕੇ ਕਹਿ ਦੂਗਾ ਮੇਰੇ ਨਾਲ ਵਿਤਕਰਾ ਕੀਤਾ ਚੌਧਰੀ ਸਾਹਿਬ ਨੇ ਜਾਂ ਅਸੀਂ। ਅਸੀਂ ਹੱਕ ਨੂੰ ਬਣਨ ਦਾ ਹੱਕ ਮਾਣ ਸਤਿਕਾਰ ਦਿੱਤਾ। ਬਾਕੀ ਰਹਿ ਗਏ ਜਿਹੜੀ ਵਿਕਾਸ ਦੇ ਮੁੱਦੇ 'ਤੇ ਅਸੀਂ ਇਲੈਕਸ਼ਨ ਲੜਦੇ ਹਾਂ, ਤੁਸੀਂ ਵੀ 2-3 ਸਵਾਲ ਕੀਤੇ ਆ ਵੀ ਲੋਕ ਕਹਿੰਦੇ ਸਾਡੇ ਵਿਕਾਸ ਨਹੀਂ ਹੋਇਆ। ਹੋ ਸਕਦਾ ਉਹਨਾਂ ਦਾ ਆਪਣੇ ਘਰ ਦਾ ਵਿਕਾਸ ਆ, ਕੋਈ ਰਹਿੰਦਾ ਹੋਵੇ ਘਰ ਦਾ ਵਿਕਾਸ ਨਹੀਂ ਹੋਇਆ, ਪਰ ਸਾਡੀ ਸਰਕਾਰ ਨੇ ਤਾਂ ਯਾਰ ਮੈਂ ਤਾਂ ਕਹਿ ਸਕਦਾ ਵੀ ਘਰ ਘਰ ਦਾ ਵੀ ਵਿਕਾਸ ਕਰਤਾ। 10,000 ਤੋਂ ਲੈ ਕੇ 25-26,000 30,000 ਤੱਕ ਮਾਫ ਜਿਹੜੇ ਹੋਏ ਆ, ਹਰ ਘਰ ਦਾ ਉਹ ਪੈਸਾ ਸੀਗਾ ਮਾਫ ਕੀਤਾ। ਪਹਿਲਾਂ ਕਿਸਾਨਾਂ ਦਾ ਕੀਤਾ। ਤੁਸੀਂ ਇੱਕ ਸਵਾਲ ਕੀਤਾ ਵੀ ਕੈਪਟਨ ਸਾਹਿਬ ਕਹਿੰਦੇ ਸੀਗੇ ਵੀ ਸਾਰੇ ਜ਼ਿਮੀਂਦਾਰਾਂ ਦਾ ਸਾਰਾ ਕਰਜ਼ਾ ਮਾਫ ਕਰਨਾ, ਸਵਾਲ ਕੀਤਾ ਨਾ ਉਹਨੇ ਕੀਤਾ ਸੀਗਾ ਸੈਂਟਰ ਸਰਕਾਰ ਦੇ ਸਿਰ 'ਤੇ ਵੀ 40% ਮੈਂ ਪਾਊ 60% ਸਾਰਾ ਕਰੂੰਗਾ ਤਾਂ ਅਸੀਂ ਸਾਰਿਆਂ ਨਾਲ ਕਰ ਸਕਦੇ ਹਾਂ। ਪਰ ਉੱਥੋਂ ਮੋਦੀ ਸਾਹਿਬ ਆਪਣਾ ਹੱਥ ਪਿੱਛੇ ਨੂੰ ਖਿੱਚ ਗਏ, ਉਹਨਾਂ ਦੇ ਉੱਤੇ ਦਬਾਅ ਪਾ ਲਿਆ ED ਦਾ, ਉਹਨਾਂ ਨੂੰ ਕੰਮ ਕਰਨ ਦਾ ਵੀ ਮੌਕਾ ਨਹੀਂ ਦਿੱਤਾ। ਜਿਹੜੇ ਸਾਡੇ ਕਾਂਗਰਸ ਦੇ ਵਰਕਰ ਗਏ MLA ਮੰਤਰੀ ਉਹ ਵੀ ਰੋਣ ਲੱਗ ਪੈ ਸੀਗੇ, ਰੁਲ ਗਿਆ 4.5 ਸਾਲ, ਕਿਉਂਕਿ ਕੈਪਟਨ ਸਾਹਿਬ ਸੁਣਦਾ ਨਾ। ਅਸੀਂ ਆਪਣੇ ਬਲਬੂਤੇ 'ਤੇ ਸਾਰੀ ਕਾਂਗਰਸ ਇਕੱਠੀ ਹੋ ਕੇ ਚੰਨੀ ਸਾਹਿਬ ਨੂੰ ਸਾਡੀ ਸੋਨੀਆ ਜੀ ਨੇ ਮੁੱਖ ਮੰਤਰੀ ਬਣਾਇਆ, 111 ਦਿਨਾਂ ਦੇ ਵਿੱਚ ਕੰਮ ਕਰਕੇ ਦੱਸ ਦਿੱਤਾ ਪੰਜਾਬ 'ਚ। ਸਾਡੇ SC CM ਤੁਸੀਂ ਕਹਿੰਦੇ ਆ, ਉਹਨਾਂ ਨੇ ਲੋਕਾਂ ਨੂੰ ਇੱਕ ਪਿੜ ਪਾ ਤੀ ਵੀ ਇੱਦਾਂ ਕੰਮ ਹੁੰਦੇ ਆ, ਉਹ ਵੀ ਸੌ ਕੇ ਨਹੀਂ ਕੰਮ ਹੁੰਦੇ, ਜਾ ਕੇ ਕੰਮ ਹੁੰਦੇ ਆ। ਉਹ ਕਿਤੇ ਵੀ ਜਾਂਦੇ ਆ, ਉਹਨਾਂ ਦਾ ਮਾਣ ਸਤਿਕਾਰ ਆ ਦੁਨੀਆ ਦੇ ਵਿੱਚ। ਆਉਣ ਵਾਲਾ ਚਾਹੀਦਾ ਵੀ ਸਾਡਾ ਜਿਹੜਾ ਚੰਨੀ ਸਾਹਿਬ ਨੇ ਕਾਂਗਰਸ ਨੇ ਦੇਣਾ ਮੁੱਖ ਮੰਤਰੀ ਦਾ, ਤੁਸੀਂ ਹਰ ਇੱਕ ਚੈਨਲ ਤੋਂ ਦੇਖਦੇ ਆ, ਜਿਹੜੇ ਸਾਡੇ ਇੱਥੇ ਤੁਹਾਡੇ ਹੀ ਚੈਨਲ 'ਤੇ ਮੈਂ ਅਕਾਲੀਆਂ ਨੂੰ ਬੋਲਦੇ ਹਾਂ ਸੁਣਦਾ ਸੀਗਾ ਵੀ ਜੀ ਅਸੀਂ ਬੋਰ ਜਿਹੜੇ ਇੰਜਣ ਆ ਦੂਜੇ ਮੋਟਰਾਂ ਦੇ ਕਨੈਕਸ਼ਨ ਬੜੇ ਦਿੱਤੇ ਲਿਆ ਕੇ, ਕਨੈਕਸ਼ਨ ਤਾਂ ਹੁਣ ਵੀ ਮਿਲਦੇ ਸੀਗੇ ਪਰ ਇੱਕ ਗੌਰਮੈਂਟ ਨੇ ਉਹ ਲਾਤੀ ਜਿਹੜੇ ਹਰਿਆਲੀ ਟ੍ਰਿਬਿਊਨ ਨੇ ਵੀ ਇਹਨੇ ਉਹ ਜਿਹੜੇ ਦਿੱਤੇ ਆ ਉਹਨਾਂ ਜਿੰਨੀ ਮੋਟਰਾਂ ਦੇ ਆਪਣੇ ਕਨੈਕਸ਼ਨ ਲਾਏ ਉਹਨਾਂ ਨੂੰ ਇਹ ਤਾਂ ਪੁੱਛੋ ਵੀ ਲੱਗੇ ਕਿੱਦਾਂ। 3.5 ਲੱਖ ਰੁਪਇਆ ਲੈ ਕੇ ਸਾਡੇ ਦੇ ਇੱਥੇ ਜਿਹੜੇ ਸੀਗੇ ਜ਼ਿੰਮੇਵਾਰ ਉਹਨਾਂ ਨੇ 3.5-4-5 ਲੱਖ ਤੋਂ ਘੱਟ ਕਿਸੇ ਦੇ ਘਰ ਕਨੈਕਸ਼ਨ ਨਹੀਂ ਲੱਗਿਆ ਵਾ, ਪੈਸੇ ਲੈ ਕੇ ਕਨੈਕਸ਼ਨ ਲਵਾਏ ਆ। ਸਾਡੇ ਅੱਜ ਬੋਰ ਆਏ ਆ 69 ਬੋਰ ਪਾਣੀ ਪੀਣ ਵਾਲੇ ਵਿੱਚ, ਸਿੰਚਾਈ ਵਾਲੇ ਬੋਰ ਆਏ, ਪੀਣ ਵਾਲੇ ਪਾਣੀ ਆਏ। ਕੱਲ੍ਹ ਮੈਂ ਉਹਦਾ ਤੁਹਾਡੇ ਰਾਹੀਂ ਸੁਣਦਾ ਸੀਗਾ 2 ਵੈਲ ਬੜੇ ਲਾਏ, 2 ਵੈਲ ਲਾਏ ਕੋਈ ਚੱਲਦਾ ਦੇਖਿਆ ਉਹਨਾਂ ਦਾ ਸਰਕਾਰੀ 2 ਵੈਲ ਜਿਹੜੇ ਹੁਣ ਚੌਧਰੀ ਸਾਹਿਬ ਨੇ ਕੁਛ ਰਿਪੇਅਰ 'ਚ ਪਾਏ ਕੁਛ ਨਵੇਂ ਲਵਾਏ, ਹਜੇ ਵੀ ਕਈ ਕੰਮਾਂ ਦੇ ਵਿੱਚ ਥੋੜ੍ਹਾ ਜਿਹਾ ਅਸੀਂ ਪਿੱਛੇ ਹਾਂ। ਅਸੀਂ ਉਸ ਕੰਮਾਂ ਨੂੰ ਪੂਰਾ ਕਰ ਲਈ, ਤੁਹਾਡੇ ਚੈਨਲ ਰਾਹੀਂ ਹਰ ਇੱਕ ਵੋਟਰ ਨੂੰ ਅਪੀਲ ਕਰਦੇ ਹਾਂ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਦੇ ਨਾਂ 'ਤੇ ਵੋਟ ਚੌਧਰੀ ਦਰਸ਼ਨ ਲਾਲ ਨੂੰ ਪਾਓ ਅਤੇ ਰਹਿੰਦੇ ਵਿਕਾਸ ਕਰ
वो इतों गए आ भी असं विकास जो किया दसते हैं वो 20 साल विकास किया चौधरी नंद लाल ने सारे भली भान तुम भी जानते हैं तुम इन्ह शहर से फिरते सके इन्ह शहर सड़कों बारे तुम जानते हैं सानू सड़कों बारे या होर बारे दसण की लोड़ नहीं साढ़े चौधरी साहब ने कंढी विकास बोर्ड बनाया सगा जिदे साढ़े सरकारी होस्पिटल तुम जाके पता कर सकते जो कहते सेहत सहूलत का क्या किया 2,48,00,000 नवीं उत्थे मशीन लैके दतिया असी एक उत्थे जोड़ा है ना ऑक्सीजन वाला प्लांट ला रहा 70,00,000 रुपए ना बढ़ दिया स्कूल हर एक स्कूल कोई भी पिंड का स्कूल आके नहीं कह सकता सानू स्कूलों को ग्रांट दी नहीं अकाली दल अपने वेले किसी स्कूल की ग्रांट दस दे 2,00,000 से वध दी हो साड़ी सरकार ने 40,00,000 तक भी स्कूलों के ग्रांट दी है स्कूलों के कमरे वधिया बनाए दिख बनाई है स्कूलों की तुम हर एक पिंड जाके स्कूल की दिख देख सकते हैं प्रोजेक्ट लगे हुआ ऑनलाइन जिहड़ियां पढ़ाइया स्कूलों के चल रही अज बच्चे घर बैठ के भी स्कूल वर्ग माण महसूस करते हैं जो घर पढ़ाई ऑनलाइन करते हैं माण महसूस कर रहे हैं साडा साढ़े बलाचौर के कोई एडा सा कांग्रेस कोई फुट नहीं जे तुम अशोक जी की गल की है कोई उन्होंने त्रास है वो आके साढ़े गल करता चौधरी साहब सारे मसले हल करके लैके तुरे आ साढ़े अज कांग्रेस उन्होंने कहना भी मेरी पूरे 5 साल मैं तो पूछे ही नहीं गया तो हूँ क्यों कहें अखीर च मैं जरूर फोन आया तो की फायदा कहते जब 5 साल पूछा ही नहीं गया मैं ये गल उन्होंने त्रास जोड़ा कोई वधिया नहीं है क्योंकि जब MLA साहब का इलैक्शन होता MLA इलैक्शन तो बाद शहर का इलैक्शन होया सानू वर्कर आप कट्ठे होना पैंदा असी जाके देखना असी शहर जितना इलैक्शन लड़ना सारियां पार्टियां एक पासे कट्ठिया हो गई उन्होंने ये तुसी पुछ लो कि तुसी इलैक्शन दे विच बड़े पहुंचे शहर के इलैक्शन च वो नहीं आए फिर समतियां दा जिला परिषद का इलैक्शन होया साढ़े वर्कर फिर कट्ठे होंदे आ जो पार्टी के वर्कर सके उन्होंने आना चाहिए सगा सारे दोनों ब्लॉकों के असी समतियां जितिया जिला परिषद जितिया असी शहर जितया ये सारिया पार्टियां एक पास साढ़े वर्कर जिहड़े घरे बैठे अज 5 साल बाद वो आके कहिंदे जी असी चाहवान है ये नहीं चाहते लोगों की कचहरी सानू आना चाहिए असी किले निर्भर दर्शन लाते निर्भर नहीं है असं कांग्रेस ही हाँ असं लोगों के सिर से निर्भर हाँ पर उन्होंने कहा भी मैं भी दावेदार सगा पुराने 20-25 साल तो 35 साल तो कहते काम करते हैं भी सानू अणगौलिया किया गया वो कहते पिछली बार मेरे तो 1.5 करोड़ रुपया टिकट वास्ते मंगया गया सगा इस बार तो कहते रेट दुगने तो भी वध कर दिता गया सगा फिर भी कहते चौधरी साहब ने उन्होंने टिकट दी सानू नहीं दी मैं ये गल 1.5 करोड़ वाली उन्होंने तो गलते मैंने विश्वास ही नहीं ना वो गल कह सकते हैं क्योंकि जिस बंद तो एक बार 1.5 करोड़ रुपया टिकट ले मंग लिया दूसरी बार अपलाई ही नहीं करता जब मेरे को 1.5 करोड़ रुपया मंग लिया मैं दूजी बार उस घर के चल जाऊँगा तुम कह गल थोड़े दिल में लगती है ये गल बनाई गल हो प्रेस कॉन्फ्रेंस करके गल कही है मैं गल कहना देखो साढ़े सारे जो कांग्रेस के नकारे है होर पार्टियां भी गए हैं कोई आजाद खड़ जाए सानू नहीं उदे तक जो कोई कांग्रेस तो नकार दूई पार्टियां ने सामभिया जड़िया दूई पार्टियां उन्होंने कोई सीधा कैंडीडेट दस दे पहला तो असी इस पार्टी वो साडे कांग्रेस के नकारे 30-35 MLA तो आम पार्टी ने कढ़ाए आ जिहड़े कि आम पार्टी के गए वो भी साडे नकारे हुआ कांग्रेस के लोगों ने नकारे बड़ा चौर चो कांग्रेस पार्टी राही नकारे आ वो आले दुआले फिरदे आ किसी नूं अपने घर तो इसे तरह दावा किया कांग्रेस पार्टी भी जिहड़े बाकी पार्टियां के नकारे हुए लीडर देंदे आ इत्थे तक विधायक साहब की भी गल की है सिद्धू मूसेवाले की उन्होंने गल की है हरजोत कमल की गल की है वो कहते भी इत्थे गढ़शंकर की भी उन्होंने गल की है भी बाहरों दिता भी इस करके जिहड़े लीडर पार्टियां छड़ रहे हैं इसे करके कहते मैं अजिही गल कद नहीं हो सकती साड़ी जिहड़ी कांग्रेस पार्टी हैगी है वो सारे नाल लैके चलती है सब कुछ देखती है जिहड़ा उन्हें यह गल चौधरी साहब की की है जब चौधरी साहब साढ़े कांग्रेस में आए हैं साढ़े उस वक्त के कैंडीडेट 7 सके जिन्हें टिकट अपलाई की है इन्होंने कसमां खादियां 7 ने चांद पर रुड़की जाके गुरद्वारा साहब भी असी जिन्हों भी टिकट मिलेगी वो रहेंगे उत्थे क्या इन्हों तो पैसे मंगे जिहड़े पैसे की गल करते सानू बारे पता नहीं पर जब चौधरी साहब को टिकट मिल गई सारे नठ गए अशोक जी पिछले इलैक्शन चौधरी देने कहते मैं डे हाँ जब आप पार्टी को टिकट मिल गई कसम खाली आप पार्टी दे एक कैंडीडेट के नाल तुरना साडा धर्म बनता पर वो जब इलैक्शन आता पासे हो जाते हैं टिकट लिए मोहरे आ जाते हैं जे टिकट नहीं जे टिकट उन्होंने मिल जाती उन्होंने तुम पुछो जे थोड़ा टिकट मिल जाती फिर तुम कांग्रेस ही सके क्यों नहीं सानू पार्टी ने टिकट दी क्योंकि टिकट मिलती है मैं चेयरमैन हाँ मैंने ब्लॉक समिति का चेयरमैन बनाया मेरे लोगों ने बनाया मैं लोगों के बिच रहना हाँ लोग मैं भी गल जरूर पूछना थोड़ा चेयरमैन बनाया गया विधायक वालों चाहे कह लो पार्टी वालों की थोड़े ते भी कभी पार्टी फंड दे पैसे थोड़े ते भी मंगे हुए चेयरमैन बनाने लिए मैं ये गल कद भी नहीं हो सकती कदे भी नहीं मैं दूजी बारी पहले मैं वाइस चेयरमैन बनया 2003 च इलैक्शन लड़िया जब भी मैं पार्टी ने कोलों तो पैसे दे के लड़ाया है मेरे तो कोई पैसा नहीं लिया मैं गरीब परिवार नाल एक हैगा रखदा हाँ हुण भी मैं पार्टी फंड तो ही नहीं इकट्ठा करके दिता पार्टी वाले ने 50,000 रुपया दिता भी तू इलैक्शन तकड़ा होकर लड़ असी तेरी मत करते हैं ना मैं कोई चक के ले जाना पाया कैंडीडेट नूं पे कितने रखने लिए खर्चा करना पाया ना मेरे ते किसी ने पैसा मंगया मैं बिना निर विरोध जाने पूरी अपनी पार्टी च रहा मैनू कोई पैसा
ਪੈਸਾ ਅੱਜ ਤੱਕ ਨਾ ਲਿਆ ਨਾ ਕਿਸੇ ਨੇ ਮੰਗਿਆ ਮੈਨੂੰ ਤਾਂ ਕੋਲੋਂ ਪੈਸੇ ਦੇ ਕੇ ਪਾਰਟੀ ਫੰਡ ਦੇ ਕੇ ਇਲੈਕਸ਼ਨ ਲੜਾਉਂਦੇ ਆ ਔਰ ਲੋਕੀ ਮੈਨੂੰ ਪਿਆਰ ਕਰਦੇ ਮੈਂ ਇਲੈਕਸ਼ਨ ਜਿੱਤਦਾ ਹਾਂ ਤੁਹਾਡੀ ਗੱਲ ਹੋ ਗਈ ਜਿਸ ਤਰ੍ਹਾਂ ਦਾਅਵਾ ਕੀਤਾ ਉਹਨਾਂ ਨੇ ਵੀ ਕਿਤੇ ਹੋਰ ਵੀ ਮੀਡੀਆ 'ਚ ਵੀ ਖਬਰਾਂ ਆ ਰਹੀਆਂ ਵਿਰੋਧੀ ਵੀ ਕਹਿ ਰਿਹਾ ਵੀ ਜਿਹੜੇ ਕਾਂਗਰਸ ਪਾਰਟੀ ਵੱਡੇ ਪੱਧਰ ਉੱਤੇ ਪੈਸਾ ਦੇ ਕੇ ਇਸ ਵਾਰ ਚੌਧਰੀ ਸਾਹਿਬ ਨੂੰ ਟਿਕਟ ਮਿਲੀ ਆ ਕੀ ਇਸੇ ਜਿਹਾ ਕੋਈ ਲੈਣ ਦੇਣ ਹੋਇਆ ਜਾਂ ਕਿਸ ਆਧਾਰ 'ਤੇ ਟਿਕਟ ਮਿਲੀ ਆ ਮੈਂ ਕਹਿੰਦਾ ਚੌਧਰੀ ਸਾਹਿਬ ਆਪਣਾ ਪੇਪਰ ਭਰਿਆ ਹੁਣੇ ਮੁੜ ਕੇ ਉਹ ਕਿਸੇ ਨੂੰ ਮਿਲੇ ਵੀ ਨਹੀਂ ਹੁਣੇ ਟਿਕਟ ਲਈ ਲੋਕਾਂ ਦੀ ਉਹਨੇ ਆਵਾਜ਼ ਲਈ ਟਿਕਟ ਦੇ ਦਿੱਤੀ ਲੋਕ ਚੌਧਰੀ ਸਾਹਿਬ ਦੇ ਪੈਸੇ ਤਾਂ ਬਹੁਤ ਦੂਰ ਦੀ ਗੱਲ ਚੌਧਰੀ ਸਾਹਿਬ ਦਾ ਉੱਥੇ ਪਹੁੰਚੇ ਵੀ ਨਹੀਂ ਹੁਣੇ ਜਿਹੜਾ ਕਿ ਟਿਕਟ ਹੈ ਉਹਨਾਂ ਨੂੰ ਘਰ ਬੈਠਿਆਂ ਨੂੰ ਮਿਲੀ ਆ ਘਰ ਬੈਠਿਆਂ ਨੂੰ ਉਹਨਾਂ ਨੂੰ ਫੋਨ ਆਇਆ ਉਹ ਇੱਕ ਵਿਆਹ 'ਚ ਸੀਗੇ ਜਦ ਉਹਨਾਂ ਨੂੰ ਫੋਨ ਆਇਆ ਵੀ ਤੁਹਾਡੀ ਟਿਕਟ ਜਿਹੜੀ ਕਲੀਅਰ ਹੋ ਗਈ ਕੋਈ ਪੈਸੇ ਲੈਣ ਦੇਣ ਦੀ ਸਾਡੀ ਪਾਰਟੀ 'ਚ ਨਾ ਗੱਲ ਹੈਗੀ ਆ ਨਾ ਚੱਲੀ ਆ ਜਿਹੜੇ ਲੋਕ ਇਹ ਗੱਲਾਂ ਕਹਿੰਦੇ ਉਹ ਬੇਵਕੂਫ ਆ ਬਿਲਕੁਲ ਕਦੇ ਵੀ ਸਾਡੀ ਪਾਰਟੀ ਨੇ ਕਦੇ ਪੈਸੇ ਨਹੀਂ ਲਿਆ ਹਾਂ ਹੋਰ ਪਾਰਟੀਆਂ ਦੀ ਅਸੀਂ ਗੱਲ ਸੁਣਦੇ ਹਾਂ ਹੁਣ ਆਮ ਪਾਰਟੀ ਸਾਡੇ ਤੁਸੀਂ ਵੀ ਸੁਣਿਆ ਤੁਹਾਡੀ ਚੈਨਲ ਚਲਾਉਂਦੇ ਆ ਤਿੰਨੇ ਸਾਡੇ ਹਲਕੇ ਆ ਨਵਾਂਸ਼ਹਿਰ ਜ਼ਿਲ੍ਹੇ 'ਚ ਤਿੰਨਾਂ ਹਲਕਿਆਂ ਦੇ ਵਿੱਚ ਜਿਹੜੇ ਆਮ ਪਾਰਟੀ 'ਚ ਮਿਹਨਤ ਕਰਦੇ ਸੀਗੇ ਵਰਕਰ ਔਰ ਕੈਂਡੀਡੇਟ ਵੀ ਸੀਗੇ ਸਤਨਾਮ ਸਿੰਘ ਜਲਵਾਹਾ ਸਤਨਾਮ ਸਿੰਘ ਬਲਾਚੌਰ ਤੋਂ ਸਾਡੇ ਜਲਾਲਪੁਰੀ ਅਤੇ ਉੱਧਰ ਤੋਂ ਰਾਜ ਕੁਮਾਰ ਸੀਗੇ ਸਾਡੇ ਬੰਗਿਆ ਏਰੀਏ 'ਚੋਂ ਉਹ ਵਧੀਆ ਜਿਹੜੇ ਸੀਗੇ ਜਿਹਨਾਂ ਕੋਲ ਪੈਸਾ ਨਾ ਉਹਨਾਂ ਨੂੰ ਟਿਕਟ ਨਹੀਂ ਮਿਲੀ ਉੱਥੇ ਰੌਲਾ ਜ਼ਰੂਰ ਸੁਣਿਆ ਵੀ ਉਹ ਪੈਸੇ ਲੈ ਕੇ ਆਮ ਪਾਰਟੀ ਟਿਕਟਾਂ ਦਿੰਦੀ ਹੈ ਸਾਡੀ ਪਾਰਟੀ ਜਿਹਾ ਅੱਜ ਤੁਹਾਨੂੰ ਟਿਕਟ ਮਿਲਣ ਤੋਂ ਬਾਅਦ ਵੀ ਐਲਾਨ ਅੱਜ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਜਿਹੜੇ ਪਿਛਲੀ ਵਾਰ ਇੰਚਾਰਜ ਵੀ ਸੀਗੇ ਇਸ ਵਾਰ ਮੁੱਖ ਮੰਤਰੀ ਬਣੇ ਅੱਜ ਦੀ ਉਹਨਾਂ ਨੇ ਫੇਰੀ ਕੀਤੀ ਇਹਨੂੰ ਕਿੱਦਾਂ ਦੇਖਦੇ ਹੋ ਸਰ ਜਿਹੜੀ ਅੱਜ ਸਾਡੇ ਮੁੱਖ ਮੰਤਰੀ ਦੀ ਫੇਰੀ ਹੈ ਬੜਾ ਚੌਲੇ ਬਹੁਤ ਹੀ ਸਾਨੂੰ ਮਾਣ ਵਾਲੀ ਗੱਲ ਹੈ ਠੀਕ ਹੈ ਕੁਛ ਕਰੋਨਾ ਦੇ ਕਰਕੇ ਉਹਨਾਂ ਨੂੰ ਕਾਫੀ ਵਿਚਾਰ ਰੱਖਣਾ ਪਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਆ ਉਹਨਾਂ ਦਾ ਬੜਾ ਸਾਹਸ ਗਾ ਉਹ ਲੋਕਾਂ ਨੂੰ ਵੀ ਮਿਲਦਾ ਔਰ ਲੋਕਾਂ ਦਾ ਵੀ ਬਹੁਤ ਸਾਹਸ ਗਾ ਉਹਨਾਂ ਨੂੰ ਮਿਲਣ ਦਾ ਕੁਛ ਉਹਨਾਂ ਮਜਬੂਰੀਆਂ ਕਰਕੇ ਲੋਕਾਂ ਨੂੰ ਬਾਹਰ 'ਤੇ ਮਿਲ ਕੇ ਗਏ ਆ ਲੋਕ ਥੈਂ ਖੜੇ ਸੀ ਉਹਨਾਂ ਦੇ ਸਵਾਗਤ ਲਈ ਚੰਦੀ ਸਾਹਿਬ ਲਈ ਸਾਡਾ ਜਿਹੜਾ ਐਸ ਸੀ ਸਮਾਜ ਹੈ ਮੈਂ ਬੜਾ ਚੌਰ ਦੇ ਵਿੱਚ ਇਹ ਕਹਿ ਸਕਦਾ 10% ਛੱਡ ਕੇ ਜਿਹੜੇ ਸਾਡੇ ਲੋਕ ਵੀਰ ਮੇਰੇ ਭੜਕ ਗਿਆ ਕੋਈ 10% ਹੋਰ ਪਾਰਟੀਆਂ 'ਚ ਉਹ ਵੀ ਮੁੜ ਕੇ ਪਿੱਛੇ ਨੂੰ ਆਉਣ ਦੀ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਪਿੱਛੇ ਮੁੜਿਓ ਆਪਣਾ ਹੀ ਮੁੱਖ ਮੰਤਰੀ ਸਾਡਾ ਬਣਨਾ ਚਰਨਜੀਤ ਸਿੰਘ ਚੰਨੀ ਨੇ ਬਣਨਾ ਸਾਡਾ ਬੜਾ ਚੌਰ ਐਸ ਸੀ ਸਮਾਜ ਸਾਰਾ ਇਸ ਵਕਤ ਕਾਂਗਰਸ ਪਾਰਟੀ ਦੇ ਨਾਲ ਹੈ ਪੰਜਾਬ ਵਿੱਚ ਜਿਹੜੀ 90% ਵੋਟ ਆ ਉਹ ਐਸ ਸੀ ਦੀ ਕਾਂਗਰਸ ਨੂੰ ਪੈ ਰਹੀ ਆ ਮੈਂ ਜਿਹੜਾ ਕੋਈ ਸਾਡਾ ਭਰਾ ਆਲੇ ਦੁਆਲੇ ਬੈਠਾ ਹੋਰ ਪਾਰਟੀਆਂ 'ਚ ਗਿਆ ਜਾਂ ਜਾਣ ਨੂੰ ਕਹਿੰਦਾ ਹੈ ਉਹ ਸਾਰਿਆਂ ਨੂੰ ਪਿੱਛੇ ਮੁੜ ਕੇ ਕਾਂਗਰਸ 'ਚ ਆਉਣਾ ਚਾਹੀਦਾ ਕਿਉਂਕਿ ਸਾਡੀ ਜਿਹੜੀ ਐਸ ਸੀ ਸਮਾਜ ਦੀ ਪਹਿਲਾਂ ਤੋਂ ਬਾਂਹ ਫੜੀ ਹੋਈ ਕਾਂਗਰਸ ਪਾਰਟੀ ਵੀ ਫੜ ਸਕਦੀ ਆ ਇਹੀ ਸਾਡਾ ਭਲਾ ਕਰ ਸਕਦੀ ਹੈ ਇਹਨੇ ਕੀਤਾ ਵਿੱਚ ਖੇਤਰੀ ਪਾਰਟੀਆਂ ਆ ਕੇ ਵੜ ਗਈਆਂ ਜਿਨ੍ਹਾਂ ਨੇ ਸਾਡੇ ਐਸ ਸੀ ਸਮਾਜ ਦਾ ਬਹੁਤ ਨੁਕਸਾਨ ਕੀਤਾ ਉਹ ਆਪਣੇ ਮਫਾਦ ਲਈ ਆ ਮੈਂ ਤੁਹਾਨੂੰ ਇਹ ਦੱਸਦਾ ਮੈਂ 20 ਸਾਲ ਤੋਂ ਕਾਂਗਰਸ 'ਚ ਤੁਰੇ ਹਾਂ ਠੀਕ ਹੈ ਮੈਂ ਆਪਣੇ ਕਾਂਗਰਸ ਦੇ ਗੱਲ ਜਿਹੜੇ ਕਿਤੇ ਹੋਰ ਪਾਰਟੀਆਂ 'ਚ ਸਾਡੇ ਲੋਕ ਜਾਂਦੇ ਆ ਉਹ ਦਿਨੋਂ ਦਿਨੇ 100-100 ਕਿੱਲਿਆਂ ਦੇ ਮਾਲਕ ਬਣ ਜਾਂਦੇ ਕਿੱਦਾਂ ਬਣਦੇ ਫਿਰ ਉਹ ਮੈਨੂੰ ਕਹਿੰਦੇ ਵੀ ਤੂੰ ਸਾਨੂੰ ਇੱਦਾਂ ਕਹਿੰਦਾ ਇੱਦਾਂ ਕਹਿੰਦਾ ਮੇਰੇ ਕੋਲ ਉਹਨਾਂ ਦੇ ਪ੍ਰੂਫ ਹੈ ਉਹਨਾਂ ਦੇ ਵਰਕਰ ਦੱਸਦੇ ਵੀ ਇੱਥੋਂ 2 ਲੱਖ ਰੁਪਈਆ ਇੱਥੋਂ 1 ਕਰੋੜ ਰੁਪਈਆ ਲੈ ਕੇ ਇਹਨੀ ਟਿਕਟ ਲੈ ਕੇ ਬੰਦਾ ਬਹਾਲਤਾ ਸਾਡੇ ਐਸ ਸੀ ਸਮਾਜ ਦਾ ਸਾਨੂੰ ਵੇਚਣ ਲਈ ਲੋਕਾਂ ਦੀਆਂ ਦੂਜੀਆਂ ਪਾਰਟੀਆਂ ਕੋਲ ਗਏ ਆ ਉਹ ਆਪਣੇ ਬਲ ਬੂਤੇ 'ਤੇ ਜੱਜ ਰਹਿੰਦੇ ਅੱਜ ਸਾਡਾ ਪੰਜਾਬ ਵਿੱਚ ਇੱਕ ਕਾਂਸ਼ੀ ਰਾਮ ਨੇ ਚੋਣ ਨਿਸ਼ਾਨ ਹਾਥੀ ਦਾ ਬਣਾਇਆ ਸੀਗਾ ਜਿਹੜਾ ਅੱਜ ਪੰਜਾਬ ਵਿੱਚੋਂ ਸਾਡੇ ਲੀਡਰਾਂ ਨੇ ਅਕਾਲੀ ਦਲ ਨਾਲ ਮਿਲ ਕੇ ਉਹ ਗਾਇਬ ਕਰ ਦਿੱਤਾ ਤੁਸੀਂ ਕਿਤੇ ਦੇਖਿਆ ਹਾਥੀ ਦਾ ਨਾਂ ਕਿਤੇ ਲੈਂਦੇ ਸੁਣਿਆ ਅੱਜ ਮੁੱਖ ਮੰਤਰੀਆਂ ਦਾ 5-6 ਫੋਟੋਆਂ ਦੇ ਦਿੰਦੇ ਆ ਅਸੀਂ ਫੇਸਬੁੱਕ 'ਤੇ ਦੇਖਦੇ ਹਾਂ ਜੀ ਆਹ ਆਮ ਪਾਰਟੀ ਦਾ ਆ ਫਲਾਨੀ ਪਾਰਟੀ ਦਾ ਆ ਸਾਡੀ ਕਿਤੇ ਇਹ ਵੀ ਦੇਖਿਆ ਵੇ ਲੈ ਵੀ ਆਹ ਹਾਥੀ ਵਾਲਿਆਂ ਦਾ ਵੀ ਮੁੱਖ ਮੰਤਰੀ ਦਾ ਕਿਸੇ ਦਾ ਨਾਂ ਵਿੱਚ ਦੇਖਿਆ ਤੁਸੀਂ ਕਦੇ ਫੋਟੋ ਕਿਸੇ ਦੀ ਅੱਜ ਉਹ ਫੋਟੋ ਵੀ ਸਾਡੀ ਖਤਮ ਕਰਤੀ ਨਹੀਂ ਇੱਕ ਮੁੱਖ ਮੰਤਰੀ ਦੇ ਵਿੱਚ ਨਹੀਂ ਭਲਾ ਅਸੀਂ ਹਾਰੀਏ ਜਿੱਤੀਏ BSP ਦਾ ਨਾਂ ਤਾਂ ਹੁੰਦਾ ਸੀਗਾ ਨਾ ਵੀ BSP ਵੀ ਖੜੀ ਆ ਅੱਜ BSP ਸਮਝੌਤੇ ਦੇ ਵਿੱਚ ਜਿੱਥੇ ਖੜੀ ਉੱਥੇ ਵੀ ਉਹਦਾ ਤਾਂ ਨਾਂ ਨਹੀਂ ਲਿਆ ਜਾਂਦਾ ਉਹ ਅਕਾਲੀਆਂ ਦੇ ਵਿੱਚੇ ਨਾਂ ਲਿਆ ਜਾਂਦਾ ਅੱਜ ਇੱਕ ਸੁਖਬੀਰ ਜੀ ਨੇ ਕਦੇ ਇੱਕ ਵਾਅਦਾ ਕੀਤਾ ਸੀਗਾ ਸਾਡੇ ਲੋਕਾਂ ਨਾਲ ਗੱਲ ਕੀਤੀ ਸੀਗੀ ਪੰਜਾਬ ਲੈਵਲ 'ਤੇ ਵੀ ਜਿੱਦਣ ਮੈਂ ਆਇਆ ਮੈਂ BSP ਖਤਮ ਕਰਨੀ ਆ ਅੱਜ ਉਹਨਾਂ ਦਾ ਜਿਹੜਾ ਨਾਰਾ ਉਹ ਸੱਚਾ ਹੋਣ ਨੂੰ ਜਾ ਰਿਹਾ BSP ਖਤਮ ਕਰ ਲਿਆ ਹੈ ਜਿਹੜੇ ਲੀਡਰ ਆ ਸਾਡੇ ਅਕਾਲੀ ਦਲ 'ਚ ਚੱਲ ਜਾਣੇ BSP ਆਪੇ ਖਤਮ ਹੋ ਜਾਣੀ ਆ ਜਿਹੜੇ 5-7 ਲੀਡਰ ਹੈਗੇ ਆ ਇਹਨੇ ਅਗਲੇ ਇਲੈਕਸ਼ਨ ਨੂੰ ਦੇਖ ਲਿਓ BSP ਖਤਮ ਹੋ ਜਾਣੀ ਇਹਨੇ ਅਕਾਲੀ ਦਲ ਵਿੱਚ ਜਾ ਵੜਨਾ ਇਹਨੇ ਅਕਾਲੀ ਦਲ ਵਾਲੇ ਨੇ ਨਾਲ ਵਾਲਿਆਂ ਦੇ BSP ਖਤਮ ਹੋਵੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਲੀਡਰਾਂ ਦੀ ਨਲੈਕੀ ਕਰਕੇ ਜਿਹੜੇ BSP ਖਤਮ ਹੋਣ ਦੇ ਕਿਨਾਰੇ ਆ ਕਿਤੇ ਜਿਹੜੀ ਕਾਂਗਰਸ ਵੀ ਆ ਚੰਜੀ ਚੰਨੀ ਦਾ ਪੱਤਾ ਖੇਲ ਕੇ ਐਸੀ ਬੋਟੇ ਤਾਂ ਨਹੀਂ ਲਵਾ ਰਿਹਾ ਕਿ ਚੰਜੀ ਚੰਨੀ ਨੂੰ ਦੁਬਾਰਾ ਮੁੱਖ ਮੰਤਰੀ ਬਣਾਇਆ ਜਾਵੇਗਾ ਕਿਉਂਕਿ ਹਾਲੇ ਤੱਕ ਕਾਂਗਰਸ ਨੇ ਐਲਾਨ ਨਹੀਂ ਕੀਤਾ ਮੈਂ ਇਹ ਪੂਰੇ ਵਾਅਦੇ ਨਾਲ ਤੁਹਾਡੇ ਨਾਲ ਕਹਿੰਦਾ ਹਾਂ ਇਹ ਲੋਕਾਂ ਦਾ ਮੰਗ ਕਿਹਾ ਸਾਡੀ ਪਾਰਟੀ ਹੈ ਜਿਹੜੀ ਇਹ ਸੈਕੂਲਰ ਪਾਰਟੀ ਜਿਹੜੀ ਹੈ ਨਾ ਇਹ ਕਿਸੇ ਧਰਮਾਂ 'ਚ ਜਾਂ ਜਾਤਾਂ 'ਚ ਨਹੀਂ ਵੰਡੀਓ ਬਰਾਦਰੀ ਲੈਵਲ 'ਤੇ ਨਹੀਂ ਵੰਡੀਓ ਪਰ ਤੁਸੀਂ ਜਿਹੜੀ ਇਹ ਗੱਲ ਕੀਤੀ ਬਹੁਤ ਵਧੀਆ ਤੁਹਾਡੀ ਗੱਲ ਵੀ ਐਸੀ ਚਿਹਰਾ ਲੈ ਕੇ ਵੋਟਾਂ ਨਹੀਂ ਪਟੋੜਣੀਆਂ ਉਹ ਆਉਣ ਵਾਲੇ ਮੁੱਖ ਮੰਤਰੀ ਹੈ ਤੁਹਾਨੂੰ 2-4 ਦਿਨਾਂ 'ਚ ਆਪੇ ਪਤਾ ਲੱਗ ਜਾਣਾ ਜਿਹੜੇ
ਕੱਪੜੇ ਮਫਾ ਲਏ, ਪਰ ਚੰਨੀ ਸਾਹਿਬ ਮੁੱਖ ਮੰਤਰੀ ਬਣਨਗੇ, ਕੋਈ ਕਾਂਗਰਸ ਦਾ ਝੂਠਾ ਲਾਰਾ ਨਹੀਂ ਹੋਊਗਾ, ਤੁਹਾਡੇ ਸਾਹਮਣੇ ਆ ਜਾਣਾ। ਮੈਂ ਤੁਹਾਨੂੰ ਇਹ ਕਹਿੰਦਾ, ਇਹ ਭੁਲੇਖੇ 'ਚ ਨਾ ਰਹੋ, ਲੋਕਾਂ ਦੀਆਂ ਗੱਲਾਂ 'ਚ ਨਾ ਆਉਣ। ਮੇਰੇ ਭਰਾ ਚੰਨੀ ਸਾਹਿਬ ਇਹ ਮੁੱਖ ਮੰਤਰੀ ਬਣਨਗੇ, ਸਾਨੂੰ ਐਸੀ ਸਮਾਜ ਨੂੰ ਪੂਰਾ ਮਾਣ ਸਤਿਕਾਰ ਕਾਂਗਰਸ ਪਾਰਟੀ ਨੇ ਦਿੱਤਾ ਔਰ ਦੇ ਕੇ ਰੱਖਣਾ, ਇਹ ਸਾਡਾ ਵਾਅਦਾ ਆ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਇਹ ਸਨ ਸਾਡੇ ਨਾਲ ਚੇਅਰਮੈਨ ਸਾਹਿਬ, ਕਾਂਗਰਸ ਪਾਰਟੀ ਨੇ ਜਿੱਥੇ ਇਹਨਾਂ ਨੂੰ ਮਾਣ ਦਿੱਤਾ ਉਸੇ ਤਰ੍ਹਾਂ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੂੰ ਐਸੀ ਸਮਾਜ ਤੋਂ ਜਿਹੜਾ ਮੁੱਖ ਮੰਤਰੀ ਬਣਾ ਕੇ ਦਿੱਤਾ ਗਿਆ। ਇੱਥੇ ਇਹਨਾਂ ਨੇ ਹਰੇਕ ਸਰਕਾਰ ਦੀਆਂ ਨੀਤੀਆਂ, ਚੰਨੀ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਗੱਲ ਕੀਤੀ ਹੈ ਵੀ ਜੋ ਚੰਨੀ ਸਰਕਾਰ ਨੇ ਦਾਵਾ ਵਾਅਦੇ ਕੀਤੇ ਹੈ ਕਿ ਗਰੀਬ ਪਰਿਵਾਰ ਦੇ ਬੱਚੇ ਨੇ, ਇੱਕ ਗਰੀਬ ਪਰਿਵਾਰ ਦੇ ਮੁੱਖ ਮੰਤਰੀ ਨੇ ਕੀਤੇ, ਇਹਨਾਂ ਦਾ ਦਾਅਵਾ ਇਹ ਵੀ ਇੱਥੇ ਤੱਕ ਵੀ ਕੀਤਾ ਵੀ ਇਹ ਹੱਲ ਹੋਣਗੇ ਇਸੇ ਆਧਾਰ 'ਤੇ, ਉਹ ਕਹਿੰਦੇ ਚੋਣ ਲੜਾਂਗੇ, ਵਿਕਾਸ ਅਸੀਂ ਕੀਤਾ, ਜੋ ਕੰਮ ਕੀਤਾ ਉਸੇ ਆਧਾਰ ਦੇ ਉੱਤੇ, ਚਾਹੇ ਉਹ ਇੱਥੇ ਦੇ ਵਿਧਾਇਕ ਦੀ ਮੌਜੂਦਾ ਦੀ ਗੱਲ ਹੋਵੇ। ਇਹਨਾਂ ਨੇ ਵੀ ਕਿਹਾ ਵੀ ਲੋਕ ਵਿਕਾਸ ਦੇ ਆਧਾਰ 'ਤੇ ਲੋਕਾਂ ਦੀਆਂ ਜਿਹੜੀਆਂ ਤੋਮਤਾਂ ਨੂੰ ਨਕਾਰ ਕੇ ਸਾਨੂੰ ਜਿਹੜੀ ਵੋਟ ਪਾਉਣਗੇ। ਉੱਥੇ ਤੱਕ ਵੀ ਇਹਨਾਂ ਨੇ ਕਿਹਾ ਵੀ ਚਰਨਜੀਤ ਸਿੰਘ ਚੰਨੀ ਹੀ ਆਉਣ ਵਾਲੇ ਮੁੱਖ ਮੰਤਰੀ ਹੋਗੇ, ਦਲਿਤ ਸਮਾਜ ਨਾਲ ਧੋਖਾ ਨਹੀਂ ਹੋਏਗਾ। ਕਾਂਗਰਸ ਪਾਰਟੀ ਦਾ ਸਾਨੂੰ ਵਿਸ਼ਵਾਸ ਹੈ, ਦਾਅਵਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਮੁੱਖ ਮੰਤਰੀ ਬਣਾਇਆ ਜਾਏਗਾ। ਅਤੇ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਦੇਖਦੇ ਰਹੋ ਅਕਾਲ ਚੈਨਲ। ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ, ਕੈਮਰਾਮੈਨ ਅਮਰਿਤਪਾਲ ਸਿੰਘ ਪਾਲੀ ਦੇ ਨਾਲ ਹਰਦੀਪ ਸਿੰਘ ਗੋਹਣ।